मल्टीप्लिकेटिव इनवर्स ऑफ माइनस 1.7 जो इनवर्स वाला क्वेश्चन होंगे जिस तरह माइनस 1.7 लिखा इसनू पुट्ठा कर देना यानी रेसिप्रोकल कर देना 7 उपर आ जाएगा माई 1 थले चल जाएगा पर जिहड़ा माइनस है वह इत्थे ही रहेगा माइनस कदे नहीं नीचे जाता तो इस करके आंसर की हो जाएगा साढ़े को माइनस 7। नैक्सट क्वेश्चन है साढ़े को माइनस 3.2 विच केड़ी संख्या जोड़ी जाए कि 0 प्राप्त होवे व्हाट नंबर शुड बी एडेड टू माइनस 3.2 गैट 0। तो इतने क्वेश्चन की है माइनस 3/2 ठीक है जी हूँ 0 लेना है तो ये की प्लस करना है तुसी करोगे प्लस द 3.2 क्योंकि प्लस माइनस माइनस 3.2 माइनस 3.2 जो 3.2 माइनस करा तो आंसर की आ गया साढ़े को 0। सो आंसर की होगा साढ़े को जी वैल्यू की असं पुट करते हैं माई 3.2 लिखे हुए ने टोटल किन्ने ने 1, 2, 3, 4, 5, 6, 7 टोटल 7 ने इस करके और नीचे आएगा ऊपर की आएगा जिहड़ी प्रोबेबिलिटी तुहानूं पुछी है जी दी पुछी है तां जी किन्ने सीगे 3 ठीक है जी। तो आंसर की हो गया साडे कोल 3.7 ऑप्शन ए। 6th क्वेश्चन है साडे कोल संख्या 50 दे वर्ग विच किन्नियां सिफरां होणगियां हाउ मैनी जीरोस विल देयर बी इन द स्क्वेयर ऑफ नंबर 50। हुण इत्थे की आ कहिंदा हाउ मैनी जीरोस विल देयर इन द स्क्वेयर ऑफ नंबर 50। हुण 50 दा तुसीं स्क्वेयर करना 50 दा स्क्वेयर मीनस के 50 नूं 50 नाल ही मल्टीप्लाई करना है ਤਾਂ ਕਿੰਨਾ ਆਂਸਰ ਆਏਗਾ ਦੇਖੋ 5 ਨੂੰ 5 ਨਾਲ ਕਰਾਂਗੇ 25 ਇਹ ਦੋ ਜ਼ੀਰੋਆਂ ਜਿਹੜੀਆਂ ਅਸੀਂ ਇਹਦੇ ਪਿੱਛੇ ਲਗਾ ਦਾਂਗੇ ਠੀਕ ਹੈ ਜੀ। ਤਾਂ ਆਂਸਰ ਕੀ ਹੋ ਗਿਆ ਸਾਡੇ ਕੋਲ 2500 ਪਿੱਛੇ ਕਿੰਨੀਆਂ ਆ ਗਈਆਂ ਦੋ ਜ਼ੀਰੋਆਂ ਤਾਂ ਇਹੀ ਉਹ ਕੁਐਸਚਨ ਪੁੱਛ ਰਿਹਾ ਕਿ ਜ਼ੀਰੋਸ ਕਿੰਨੀ ਹੋਣਗੀਆਂ ਤਾਂ ਅਸੀਂ ਲਿਖਣਾ ਇੱਥੇ ਦੋ ਜ਼ੀਰੋਆਂ ਹੋਣਗੀਆਂ। 7th ਕੁਐਸਚਨ ਆ ਸਾਡੇ ਕੋਲ ਸੰਖਿਆ 5527 ਦੇ ਘਣ ਦਾ ਇਕਾਈ ਅੰਕ ਕੀ ਹੋਵੇਗਾ ਵਾਟ ਇਜ਼ ਦਾ ਯੂਨਿਟ ਨੰਬਰ ਆਫ ਦਾ ਕਿਊਬ ਆਫ ਦਾ ਨੰਬਰ 5227। ਯੂਨਿਟ ਨੰਬਰ ਕੀ ਹੁੰਦਾ ਦੇਖੋ ਕੋਈ ਵੀ ਜਿਹੜਾ ਨੰਬਰ ਹੈ ਪਿੱਛੇ ਤੋਂ ਲਾਸਟ ਤੋਂ ਫਸਟ ਨੰਬਰ ਦਾ ਹੁੰਦਾ ਇਹ ਕੀ ਹੁੰਦਾ ਯੂਨਿਟ ਨੰਬਰ ਹੁੰਦਾ ਠੀਕ ਹੈ ਜੀ। ਹੁਣ ਇਹਦਾ ਕੀ ਪੁੱਛ ਰਿਹਾ ਕਿਊਬ ਦਾ ਹੁਣ ਪਹਿਲਾਂ ਤੁਸੀਂ ਕਿਊਬ ਕੱਢਣਾ ਇਹ ਜਿਹੜਾ ਤੁਹਾਨੂੰ ਲਾਸਟ ਯੂਨਿਟ ਨੰਬਰ ਹੈ 7 ਇਸਦਾ ਤੁਸੀਂ ਕਿਊਬ ਕੱਢਣਾ ਕਿਊਬ ਦਾ ਮਤਲਬ ਕੀ ਹੈ ਕਿ 7 ਦੀ ਪਾਵਰ 3। ਤੋਂ 7 ਮਤਲਬ 7 ਦੀ ਪਾਵਰ 3 ਦਾ ਮਤਲਬ ਕੀ ਹੋਇਆ ਫਿਰ 7 × 7 × 7 ਵੀ 7 ਨੂੰ ਹੀ 3 ਵਾਰੀ ਮਲਟੀਪਲਾਈ ਕਰਨਾ ਹੈ ਤਾਂ ਆਨਸਰ ਕੀ ਆਏਗਾ ਸਾਡੇ ਕੋਲ 343। ਹੁਣ ਇਹ ਜਿਹੜਾ ਆਨਸਰ ਆਇਆ ਇਸਦਾ ਯੂਨਿਟ ਆਪਾਂ ਦੇਖਣਾ ਵੀ ਉਹ ਕੀ ਹੈ ਸਾਡੇ ਕੋਲ 3 ਤਾਂ ਆਨਸਰ ਕੀ ਹੋ ਜਾਏਗਾ ਸਾਡੇ ਕੋਲ ਬੀ ਆਪਸ਼ਨ 3। 8th ਕੁਐਸਚਨ ਆ ਸਾਡੇ ਕੋਲ 2:5 ਨੂੰ ਪ੍ਰਤੀਸ਼ਤ ਰੂਪ ਵਿੱਚ ਬਦਲੋ ਕਨਵਰਟ 2:5 ਟੂ ਪਰਸੈਂਟੇਜ। ਹੁਣ ਇਸ ਨੂੰ ਤੁਸੀਂ ਪਰਸੈਂਟੇਜ ਕਨਵਰਟ ਕਰਨਾ ਤਾਂ ਕਿਵੇਂ ਕਰਾਂਗੇ ਅਸੀਂ ਦੇਖੋ 2:5 ਦਾ ਮਤਲਬ ਕੀ ਹੈ ਕਿ 2/5 ਠੀਕ ਹੈ। ਜਦੋਂ ਵੀ ਕੋਈ ਤੁਹਾਨੂੰ ਜਿਸ ਤਰ੍ਹਾਂ ਮੰਨ ਲਓ 6/5 ਲਿਖਿਆ ਅਸੀਂ ਇਸ ਨੂੰ ਕਹਾਂਗੇ ਤੁਸੀਂ ਰੇਸ਼ੋ ਵਿੱਚ ਕਨਵਰਟ ਕਰਨਾ ਹੈ ਤਾਂ ਤੁਸੀਂ ਲਿਖੋਗੇ 6:5। ਹੁਣ ਇੱਥੇ ਜਿਹੜੀ ਰੇਸ਼ੋ ਪਹਿਲਾਂ ਦਿੱਤੀ ਹੋਈ ਹੈ 2:5 ਤੁਸੀਂ ਇਹਨੂੰ ਲਿਖ ਸਕਦੇ ਹੋ 2/5। ਹੁਣ ਜਦੋਂ ਵੀ ਕਿਸੇ ਚੀਜ਼ ਨੂੰ ਪਰਸੈਂਟੇਜ ਬਦਲਣਾ ਤੁਸੀਂ ਕੀ ਕਰਨਾ ਉੱਤੇ ਮਲਟੀਪਲਾਈ 100 ਕਰ ਦੇਣਾ ਠੀਕ ਹੈ। ਹੁਣ ਇਹਦੀ ਕਟਿੰਗ ਕਰ ਦੇਣੀ ਹੈ 5 ਦੇ ਟੇਬਲ 'ਚ 100 ਦੇਖਣਾ ਕਿੱਥੇ ਆਇਆ 20 ਤੇ ਉਹ ਇਹ 20 ਨੂੰ 2 ਨਾਲ ਮਲਟੀਪਲਾਈ ਕਰ ਦੇਣਾ ਤਾਂ ਕਿੰਨਾ ਆਨਸਰ ਆ ਜਾਏਗਾ 40। ਤਾਂ ਆਨਸਰ ਕੀ ਹੋਏਗਾ ਸਾਡੇ ਕੋਲ ਆਪਸ਼ਨ ਬੀ 40%। 9th ਕੁਐਸਚਨ ਆ ਸਾਡੇ ਕੋਲ ਕਟੌਤੀ ਕਿਸ ਮੂਲ ਤੇ ਪਤਾ ਕੀਤੀ ਜਾ ਸਕਦੀ ਹੈ ਐਟ ਵਿਚ ਪ੍ਰਾਈਸ ਕੈਨ ਦਾ ਡਿਸਕਾਊਂਟ ਬੀ ਕੈਲਕੂਲੇਟਡ। ਜਿਹੜੀ ਕਟੌਤੀ ਜਿਹੜੀ ਹੁੰਦੀ ਆ ਦੇਖੋ ਉਹ ਹਮੇਸ਼ਾ ਪਤਾ ਕੀਤੀ ਜਾ ਸਕਦੀ ਹੈ ਮਾਰਕੀਟ ਪ੍ਰਾਈਸ ਤੇ। 10th ਕੁਐਸਚਨ ਆ ਸਾਡੇ ਕੋਲ ਬਹੁਪਦ a² + 3a + 2 ਕਿਸ ਪ੍ਰਕਾਰ ਦੀ ਬਹੁਪਦ ਹੈ ਵਿਚ ਟਾਈਪ ਆਫ ਦਾ ਪੋਲੀਨੋਮੀਅਲ ਇਜ਼ a² + 3a + 2। ਹੁਣ ਇਹਦਾ ਤੁਸੀਂ ਕਿਵੇਂ ਗਿਣਨਾ ਦੇਖੋ ਇਹ ਜਿਹੜੀ ਆ ਪੋਲੀਨੋਮੀਅਲ ਆ ਜਾਂਦਾ ਤੁਹਾਨੂੰ ਵੀ ਕਿੰਨੇ ਪ੍ਰਕਾਰ ਦੀ ਹੈ ਤਾਂ ਤੁਸੀਂ ਇਹਨੂੰ ਮੋਨੋਮੀਅਲ ਕਿਵੇਂ ਦੇਖਦੇ ਹੋ ਮੋਨੋਮੀਅਲ ਦੇਖਦੇ ਆ ਅਸੀਂ ਜੇ ਮੰਨ ਲਓ ਇੱਥੇ ਸਿੰਗਲ ਦਿੱਤਾ ਦੇਖੋ ਪਾਵਰ ਦਾ ਕੋਈ ਚੱਕਰ ਨਹੀਂ ਇੱਥੇ ਤੁਸੀਂ ਦੇਖਣਾ ਵੀ ਸਿੰਗਲ x ਹੈ ਜਾਂ ਇਹਦਾ ਕੁਝ ਵੀ ਲਿਖਿਆ ਹੋ ਸਕਦਾ ਮੰਨ ਲਓ 2x ਲਿਖਿਆ ਪਰ ਇਹਦੇ ਵਿੱਚ ਹੋਰ ਕੁਝ ਨਹੀਂ ਲਿਖਿਆ ਕੋਈ ਪਲੱਸ ਮਾਈਨਸ ਐਡ ਨਹੀਂ ਕੀਤਾ। ਫਿਰ ਅੱਗੇ ਆ ਜਾਂਦਾ ਦੋਪਦੀ ਬਾਇਨੋਮੀਅਲ ਉਹ ਕੀ ਹੁੰਦਾ ਸਾਡੇ ਕੋਲ 2x ਪਲੱਸ ਇਜ਼ 1 2 ਇਹਨੂੰ ਅਸੀਂ ਕਹਿੰਦੇ ਨੇ ਦੋਪਦੀ ਵੀ ਇੱਕ ਇਸ ਨੂੰ ਮੰਨਣਾ ਦੂਜਾ ਇਸ ਜੇ ਦੋ ਆ ਜਾਂਦੇ ਨੇ ਫਿਰ ਕੀ ਕਹਿੰਦੇ ਆ ਦੋਪਦੀ ਯਾਨੀ ਬਾਇਨੋਮੀਅਲ। ਹੁਣ ਅੱਗੇ ਕੀ ਆ ਗਿਆ ਟ੍ਰੀਨੋਮੀਅਲ ਟ੍ਰੀਨੋਮੀਅਲ ਕੀ ਹੁੰਦਾ ਮਤਲਬ ਦਿੱਤਾ x² + 2x + 2 ਠੀਕ ਹੈ ਜੀ ਇਸੇ ਕਰਕੇ 1 2 3 ਇਸ ਤਰ੍ਹਾਂ ਤੁਸੀਂ ਯਾਦ ਰੱਖਣਾ ਇਸ ਤਰ੍ਹਾਂ ਹੀ ਕੋਆਰਡੀਨੇਟ ਉਹ ਚ 4 ਦਿੱਤੇ ਹੋਣਗੇ ਇੱਥੇ ਨਾਲ 4 ਮੰਨ ਲਓ ਕੁਝ ਵੀ ਇੱਥੇ 5 ਜਾਂ 4 ਕੁਝ ਵੀ ਲੱਗਿਆ ਹੋਊਗਾ ਤਾਂ ਇਹ ਬਣ ਗਏ 4 1 2 3 4। ਸੋ ਇੱਥੇ ਕੀ ਆ ਸਾਡੇ ਕੋਲ 1 2 3 ਠੀਕ ਹੈ ਜੀ ਤਾਂ ਆਨਸਰ ਕੀ ਹੋਇਆ ਸਾਡੇ ਕੋਲ ਟ੍ਰਿਨੋਮੀਅਲ 3/5। 11th ਕੁਐਸਚਨ ਆ ਸਾਡੇ ਕੋਲ ਘਣ ਦੇ ਕਿੰਨੇ ਕਿਨਾਰੇ ਹੁੰਦੇ ਹਨ ਹਾਊ ਮੈਨੀ ਐਜਿਸ ਆਰ ਦੇਅਰ ਇਨ ਅ ਕਿਊਬ ਕਿੰਨੇ ਐਜਿਸ ਹੁੰਦੇ ਆ ਤਾਂ ਆਪਣੇ ਕੋਲ ਆਨਸਰ ਹੈ ਜੀ 12 ਐਜਿਸ ਹੁੰਦੇ ਆ ਕਿਸੇ ਕਿਊਬ ਦੇ ਵਿੱਚ। 12th ਕੁਐਸਚਨ ਆ ਸਾਡੇ ਕੋਲ ਘਣਾਭ ਦਾ ਆਇਤਨ ਪਤਾ ਕਰਨ ਦਾ ਸੂਤਰ ਕੀ ਹੁੰਦਾ ਵਾਟ ਇਜ਼ ਦਾ ਫਾਰਮੂਲਾ ਆਫ ਫਾਈਂਡਿੰਗ ਦਾ ਵੋਲੀਅਮ ਆਫ ਕਿਊਬ। ਕਿਊਬ ਇੱਥੇ ਘਣਾਭ ਜਿਹੜਾ ਹੈਗਾ ਉਹ ਪੰਜਾਬੀ ਦੇ ਵਿੱਚ ਘਣਾਭ ਲਿਖਿਆ ਪਰ ਇੰਗਲਿਸ਼ ਕਿਊਬ ਲਿਖਿਆ ਵੈਸੇ ਜੇ ਘਣਾਭ ਨੂੰ ਦੇਖਿਆ ਜਾਵੇ ਤਾਂ ਇੰਗਲਿਸ਼ ਉਹਦੀ ਬਣਦੀ ਆ ਕਿਊਬਾਇਡ ਠੀਕ ਹੈ ਜੀ।
ਤਾਂ ਇਸ ਦਾ ਫਾਰਮੂਲਾ ਕੀ ਹੁੰਦਾ ਸਾਡੇ ਕੋਲ, ਜਿਹੜਾ ਆਪਸ਼ਨ ਦੇ ਵਿੱਚੋਂ ਕੀ ਆ ਇੱਥੇ ਐਲ ਮਲਟੀਪਲਾਈ ਬੀ ਮਲਟੀਪਲਾਈ ਐਚ, ਇਹ ਕੀ ਸੀ ਆਪਸ਼ਨ ਸਾਡੇ ਕੋਲ ਇੱਥੇ ਆਂਸਰ ਹੋ ਜਾਏਗਾ। ਪਰ ਜੇ ਤੁਹਾਡੇ ਕੋਲ ਕਿਊਬ ਦਾ ਵੀ ਪੁੱਛਿਆ ਹੁੰਦਾ ਤਾਂ ਤੁਸੀਂ ਆਂਸਰ ਕੀ ਲਿਖਣਾ ਸੀਗਾ, ਜੇ ਕਿਊਬ ਦਾ ਵੋਲਿਊਮ ਤੁਹਾਨੂੰ ਪੁੱਛ ਲੈਂਦੇ ਤੁਸੀਂ ਲਿਖਣਾ ਏ ਦੀ ਪਾਵਰ 3। 13 ਕੁਐਸਚਨ ਆ ਸਾਡੇ ਕੋਲ, 3 ਦੀ ਪਾਵਰ 0 ਮਲਟੀਪਲਾਈ 4 ਦੀ ਪਾਵਰ 0 ਦਾ ਮੁੱਲ ਕੀ ਹੋਵੇਗਾ, ਵਟ ਵਿਲ ਬੀ ਦਾ ਵੈਲਿਊ ਆਫ 3 ਡਿਗਰੀ ਮਲਟੀਪਲਾਈ 4 ਡਿਗਰੀ। ਤਾਂ ਜਦੋਂ ਵੀ ਤੁਹਾਨੂੰ ਇੱਥੇ ਉੱਪਰ 4 ਦੀ ਡਿਗਰੀ ਜਾਂ 5 ਦੀ ਡਿਗਰੀ ਕੁਛ ਵੀ ਲਿਖਿਆ ਜਾਂਦਾ ਤਾਂ ਤੁਸੀਂ ਇਸ ਨੂੰ ਹਮੇਸ਼ਾ ਕੀ ਕਰਨਾ, 1 ਦੇ ਵਿੱਚ ਕਨਵਰਟ ਕਰ ਦੇਣਾ। ਠੀਕ ਹੈ ਜੀ, ਤਾਂ ਇੱਥੇ ਲਿਖਾਂਗੇ ਅਸੀਂ 1 × 1, ਤਾਂ ਆਨਸਰ ਕੀ ਆ ਜਾਏਗਾ ਸਾਡੇ ਕੋਲ 1, ਤਾਂ ਆਪਸ਼ਨ ਕੀ ਹੋਏਗਾ ਸਾਡੇ ਕੋਲ ਬੀ। 14 ਕੁਐਸਚਨ ਆ ਸਾਡੇ ਕੋਲ, 4YZ ਅਤੇ 14Z ਦਾ ਸਾਂਝਾ ਗੁਣਨਖੰਡ ਕੀ ਹੋਵੇਗਾ, ਵਟ ਵਿਲ ਬੀ ਦਾ ਕਾਮਨ ਫੈਕਟਰ ਆਫ 4YZ ਐਂਡ 14Z। ਤਾਂ ਕਾਮਨ ਫੈਕਟਰ ਕਿਵੇਂ ਕੱਢਦੇ ਆ ਤੁਹਾਨੂੰ ਪਤਾ ਹੀ ਆ, ਇੱਥੇ ਲਿਖ ਲੈਣਾ ਤੁਸੀਂ 4YZ ਇਜ਼ ਇਕੁਅਲ ਟੂ, ਕਾਮਨ ਫੈਕਟਰ ਕੱਢਣ ਲਈ ਤੁਸੀਂ ਕੀ ਕਰਨਾ, ਦੇਖੋ ਪਹਿਲਾਂ ਇੱਥੇ ਸਾਫ਼ ਸਾਫ਼ ਲਿਖ ਲੈਣਾ 4YZ, ਫਿਰ ਨੀਚੇ ਲਿਖ ਲੈਣਾ ਉਹਦੇ 4Z। ਠੀਕ ਹੈ ਜੀ, 4 ਦਾ ਤੁਸੀਂ ਐਲਸੀਅਮ ਲੈਣਾ ਇਸ ਤਰ੍ਹਾਂ ਰਫ ਦੇ ਵਿੱਚ ਜਾ ਕੇ, 2 2 ਦਾ 4, 2 1 ਦਾ 2, ਇੱਥੇ ਲਿਖ ਲੈਣਾ 2 × 2 × ਇਹ ਜਿਹੜਾ ਜੈਡ ਐਂਡ ਵਾਈ ਲਿਖਿਆ ਇਹ ਵੀ ਨਾਲ ਲਿਖਣਾ ਨਾ, × y × z। ਫਿਰ ਉਸ ਤੋਂ ਬਾਅਦ 14 ਦਾ ਲੈਣਾ ਤੁਸੀਂ, ਇਹ ਵੀ ਰਫ ਦੇ ਵਿੱਚ ਹੀ ਲੈਣਾ, 2 7 ਦਾ 7 1 ਦਾ, ਫਿਰ 2 × 7 ਮਲਟੀਪਲਾਈ ਇਹ ਜਿਹੜਾ ਜੈਡ ਲਿਖਿਆ ਇਹ ਵੀ ਤੁਸੀਂ ਇੱਥੇ ਨਾਲ। ਠੀਕ ਹੈ ਜੀ, ਫਿਰ ਇਹਦੇ ਤੁਸੀਂ ਕਾਮਨ ਦੇਖ ਲੈਣਾ ਦੋਨਾਂ ਦੇ ਵਿੱਚੋਂ 2 × 2 ਇਹ ਕਾਮਨ ਆ ਗਿਆ, ਹੋਰ ਕੁਝ ਕਾਮਨ ਕੀ ਹੈ, z and az। ਠੀਕ ਹੈ, ਇਸ ਦੇ ਨਾਲ ਲਿਖ ਲੈਣਾ, ਤਾਂ ਆਨਸਰ ਕੀ ਹੋ ਗਿਆ ਸਾਡੇ ਕੋਲ 2z, ਤੇ ਆਨਸਰ ਕੀ ਇੱਥੇ ਆਪਸ਼ਨ ਦੇ ਵਿੱਚ ਡੀ। 50 ਨੰਬਰ ਤੇ ਕੁਐਸਚਨ ਆ ਤੁਹਾਡੇ ਕੋਲ, ਵਿਚ ਆਫ ਦਾ ਫੋਲੋਇੰਗ ਗ੍ਰਾਫਸ ਵਿਲ ਬੀ ਯੂਜ਼ਡ ਟੂ ਰੀਪ੍ਰੈਜ਼ੈਂਟ ਦਾ ਗਿਵਨ ਟੇਬਲ, ਵੀ ਜਿਹੜੀ ਦਿੱਤੀ ਗਈ ਸਾਰਣੀ ਨੂੰ ਦਰਸਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਸ ਗ੍ਰਾਫ ਦੀ ਵਰਤੋਂ ਕੀਤੀ ਜਾਵੇਗੀ। ਵੀ ਜਿਹੜੀਆਂ ਤੁਹਾਨੂੰ ਇਹ ਤੁਸੀਂ ਅਮਾਉਂਟ ਦਿੱਤੀਆਂ, ਇਹ ਜਿਹੜਾ ਤੁਹਾਨੂੰ ਇਹ ਕੁਐਸਚਨ ਦਿੱਤਾ ਹੈ ਵੀ ਇਸ ਨੂੰ ਅਸੀਂ ਕਿਸ ਦੇ ਵਿੱਚ ਜਾ ਕੇ ਪੁੱਟ ਕਰ ਸਕਦੇ ਹਾਂ, ਕਿਸ ਦੇ ਵਿੱਚ ਬਣਾ ਸਕਦੇ ਹਾਂ, ਪਿਕਟੋਗ੍ਰਾਫ ਹੈ, ਪਾਈ ਚਾਰਟ ਬਣਾ ਸਕਦੇ ਹਾਂ, ਹਿਸਟੋਗ੍ਰਾਮ 'ਚ ਬਣਾ ਸਕਦੇ ਹਾਂ, ਕਿ ਲੀਨੀਅਰ ਗ੍ਰਾਫ 'ਚ ਬਣਾ ਸਕਦੇ। ਦੇਖੋ ਪਿਕਟੋਗ੍ਰਾਫ ਦੀ ਵੀ ਮੈਂ ਤੁਹਾਨੂੰ ਇੱਥੇ ਪਿਕਚਰ ਦਿਖਾਈ ਹੋਈ ਹੈ, ਇਹ ਪਿਕਟੋਗ੍ਰਾਫ ਹੈ, ਇਹ ਹਿਸਟੋਗ੍ਰਾਮ ਹੈ, ਇਹ ਪਾਈ ਚਾਰਟ ਹੈ, ਔਰ ਇਹ ਸਾਡੇ ਕੋਲ ਲੀਨੀਅਰ ਇਕੁਏਸ਼ਨ ਹੈ, ਲੀਨੀਅਰ ਗ੍ਰਾਫ ਹੈ। ਤਾਂ ਇਸ ਤਰੀਕੇ ਦੀ ਜਿਹੜੀ ਵੈਲਿਊਜ਼ ਤੁਹਾਨੂੰ ਦਿੱਤੀਆਂ ਹੁੰਦੀਆਂ ਤਾਂ ਉਸ ਨੂੰ ਤੁਸੀਂ ਕਿਵੇਂ ਬਣਾ ਸਕਦੇ ਹੋ, ਤੁਸੀਂ ਲੀਨੀਅਰ ਗ੍ਰਾਫ ਦੇ ਵਿੱਚ ਬਣਾ ਸਕਦੇ ਹੋ, ਤਾਂ ਆਪਸ਼ਨ ਹੋ ਜਾਏਗਾ ਸਾਡੇ ਕੋਲ ਸੀ। ਕੁਐਸਚਨ ਨੰਬਰ 16 ਹੈ ਸਾਡੇ ਕੋਲ, ਜੇ n ਡਿਵਾਈਡ 5 ਤੋਂ ਬਾਕੀ 2 ਪ੍ਰਾਪਤ ਹੁੰਦਾ ਹੈ ਤਾਂ ਸੰਖਿਆ n ਦੀ ਇਕਾਈ ਦਾ ਅੰਕ ਕੀ ਹੋਵੇਗਾ, n ਡਿਵਾਈਡ 5 ਗਿਵਸ ਦਾ ਰਿਮੇਨਿੰਗ 2, ਵਟ ਵਿਲ ਬੀ ਦਾ ਯੂਨਿਟ ਨੰਬਰ ਆਫ ਦਾ ਨੰਬਰ n। ਹੁਣ ਕੁਐਸਚਨ ਕੀ ਆ, ਕਹਿੰਦੇ ਜੇ ਮੰਨ ਲਓ n ਦੇ ਅਸੀਂ 8 ਪਾ ਦਈਏ ਤਾਂ ਡਿਵਾਈਡ 5 ਕਰੀਏ, ਤਾਂ ਇਸ ਨੂੰ ਜਦੋਂ ਦੇਖੋ ਤੁਸੀਂ 8 ਨਾਲ ਡਿਵਾਈਡ ਕਰੋਗੇ, 5 × 1 = 5 ਅਤੇ 3 ਬਚੇਗੀ ਸਾਡੇ ਕੋਲ 3। ਤਾਂ ਇਹੀ ਉਹ ਕੁਐਸਚਨ ਪੁੱਛਦਾ ਕਿ ਤੁਸੀਂ ਇੱਥੇ ਕੀ ਪੁੱਟ ਕਰੀਏ। ਹੁਣ ਇੱਥੇ ਅਸੀਂ ਪੁੱਟ ਕਰਾਂਗੇ, ਦੇਖੋ 7 5, ਤਾਂ 5 × 1 = 5, 7 × 5 = 2, ਤਾਂ ਸਾਡੇ ਕੋਲ ਕੀ ਬਚਿਆ, 2। ਤਾਂ ਆਨਸਰ ਕੀ ਹੋ ਜਾਏਗਾ ਸਾਡੇ ਕੋਲ 7, ਵੀ 2 ਜਾਂ 7 ਜਿਹੜਾ ਜੇ ਅਸੀਂ ਪੁੱਟ ਕਰਾਂਗੇ ਤਾਂ ਸਾਡੇ ਕੋਲ ਜਿਹੜਾ ਰਿਮੇਨਿੰਗ ਹੈ ਉਹ 2 ਬਚੇਗਾ। ਨੈਕਸਟ ਆ ਸਾਡੇ ਕੋਲ ਕੁਐਸਚਨ ਨੰਬਰ 2, ਦਿੱਤੇ ਆਪਰੇਸ਼ਨ ਸਹੀ ਗਲਤ ਉੱਤਰ ਚੁਣਨੇ ਆ, ਤੁਸੀਂ ਟਰੂ ਐਂਡ ਫਾਲਸ ਨੂੰ ਚੂਜ਼ ਕਰਨਾ ਹੈ। ਸਾਰੇ ਕੁਐਸਚਨ ਇਹ ਵੀ ਇੱਕ ਨੰਬਰ ਦੇ ਹੋਣਗੇ। ਫਸਟ ਆ ਸਾਡੇ ਕੋਲ, ਦਾ ਡਾਇਗਨਲ ਆਫ ਦਾ ਸਕੇਅਰ ਆਰ ਇਕੁਅਲ, ਵਰਗ ਦੇ ਵਿਕਰਣ ਬਰਾਬਰ ਹੁੰਦੇ ਹਨ। ਦੇਖੋ ਜੀ ਇਹ ਤੁਹਾਡਾ ਸਕੇਅਰ ਹੈ, ਇਹ ਤੁਹਾਡੇ ਉਸਦੇ ਡਾਇਗਨਲ ਨੇ ਜਿਸ ਨੂੰ ਅਸੀਂ ਵਿਕਰਣ ਵੀ ਕਹਿ ਦਿੰਦੇ ਹਾਂ, ਤੇ ਹਮੇਸ਼ਾ ਜਿਹੜਾ ਸਕੇਅਰ ਹੈ ਇਹਦੀਆਂ ਸਾਈਡ ਵੀ ਬਰਾਬਰ ਹੁੰਦੀਆਂ, ਜੇ 2 ਹੈ ਤਾਂ ਬਾਕੀ ਸਾਰੀ ਸਾਈਡਾਂ ਵੀ 2 ਹੋ ਜਾਣਗੀਆਂ, ਤੇ ਜਿਹੜੇ ਇਹਦੇ ਡਾਇਗਨਲ ਨੇ ਇਹ ਵੀ ਇਕੁਅਲ ਹੋ ਜਾਣਗੇ। ਠੀਕ ਹੈ ਜੀ, ਤਾਂ ਆਨਸਰ ਕੀ ਹੋ ਜਾਏਗਾ ਸਾਡੇ ਕੋਲ, ਟਰੂ। ਸੈਕਿੰਡ ਹੈ ਸਾਡੇ ਕੋਲ, ਇਫ ਵਨ ਸਾਈਡ ਆਫ ਅ ਸਕੁਅਰ ਇਜ਼ ਨੋਨ ਦੈਨ ਇਟਸ ਕੰਸਟਰਕਸ਼ਨ ਇਜ਼ ਪੋਸੀਬਲ, ਕਿਸੇ ਵਰਗ ਦੀ ਇੱਕ ਭੁਜਾ ਪਤਾ ਹੈ ਤਾਂ ਇਸ ਦੀ ਰਚਨਾ ਕੀਤੀ ਜਾ ਸਕਦੀ ਹੈ। ਹਾਂਜੀ, ਇਸ ਦੀ ਰਚਨਾ ਕੀਤੀ ਜਾ ਸਕਦੀ ਹੈ, ਇਸ ਦੀ ਕੰਸਟਰਕਸ਼ਨ ਕੀਤੀ ਜਾ ਸਕਦੀ ਹੈ, ਆਨਸਰ ਹੋ ਜਾਏਗਾ। ਥਰਡ ਕੁਐਸਚਨ ਹੈ ਸਾਡੇ ਕੋਲ, ਦਾ ਹਿਸਟੋਗ੍ਰਾਮ ਇਜ਼ ਆਲਸੋ ਨੋਨ ਐਜ਼ ਦਾ ਬਾਰ ਗ੍ਰਾਫ, ਆਇਤ ਚਿੱਤਰ ਨੂੰ ਛੜ ਗ੍ਰਾਫ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਦੇਖੋ ਜੀ ਇਹ ਸਾਡੇ ਕੋਲ ਪਿਕਚਰਾਂ, ਦੇਖੋ ਇਹ ਹਿਸਟੋਗ੍ਰਾਮ ਵੀ ਹੈ ਤੇ ਇਹ ਬਾਰ ਗ੍ਰਾਫ। ਹੁਣ ਦੇਖੋ ਦੋਨਾਂ 'ਚ ਕੀ ਡਿਫਰੈਂਸ ਹੈ, ਇਸਦੇ 'ਚ ਦੇਖੋ ਜਿਹੜੀ ਆ ਨਾਲ ਜੁੜ ਰਹੀ ਹੈ ਇਹ ਨਾਲ ਨਾਲ ਅੱਗੇ ਜੁੜ ਕੇ ਗ੍ਰਾਫ ਬਣਦਾ। ਠੀਕ ਹੈ ਜੀ, ਪਹਿਲਾਂ ਬਾਰ ਗ੍ਰਾਫ ਹੈ, ਕੀ ਹੁੰਦਾ, ਅਲੱਗ ਅਲੱਗ ਬਣਦਾ। ਠੀਕ ਹੈ ਜੀ, ਤਾਂ ਇਸ ਕਰਕੇ ਕੀ ਹੋਇਆ, ਡਿਫਰੈਂਟ ਹੈ, ਤਾਂ ਆਨਸਰ ਕੀ ਹੋਇਆ ਸਾਡੇ ਕੋਲ, ਫਾਲਸ ਵੀ ਨਹੀਂ ਜੀ, ਇਹ ਇਕੁਅਗ੍ਰਾਮ ਦੇ ਨਾਲ ਨਹੀਂ ਜਾਣੇ। ਫੋਰਥ ਕੁਐਸਚਨ ਆ ਸਾਡੇ ਕੋਲ, ਦਾ ਕੋਫੀਸ਼ੀਐਂਟ ਆਫ ਐਕਸ ਇਨ ਪੋਲੀਨੋਮੀਅਲ 7x² - x+5 ਇਜ਼ 1, ਕੀ ਇਹ ਟਰੂ ਆ ਕਿ ਫਾਲਸ ਹੈ। ਬਹੁ ਪਦ 7x² - x+5 ਵਿੱਚ ਐਕਸ ਦਾ ਗੁਣਾਂਕ 1 ਹੈ। ਹੁਣ ਇਹ ਸਹੀ ਹੈ ਜਾਂ ਗਲਤ ਹੈ ਕਿਵੇਂ ਦੱਸਾਂਗੇ, ਦੇਖੋ ਤੁਸੀਂ ਜਦੋਂ ਵੀ ਕੋਫੀਸ਼ੀਐਂਟ ਵਾਲਾ ਕੁਐਸਚਨ ਆਉਂਦਾ, ਜੇ ਤੁਹਾਨੂੰ ਪੁੱਛਿਆ ਮੰਨ ਲਓ ਇਹ ਇੱਥੇ ਮੈਂ 7x² ਲਿਖਦਾ, ਤੇ ਮੈਂ ਤੁਹਾਨੂੰ ਇਹ ਕਹਿ ਦਾਂ ਕਿ x² ਦਾ ਕੋਫੀਸ਼ੀਐਂਟ ਦੱਸੋ, ਤਾਂ ਤੁਸੀਂ ਕੀ ਦੇਖੋਗੇ ਕਿ x² ਦੇ ਨਾਲ ਕੀ ਲਿਖਿਆ, ਉਹ ਲਿਖਿਆ 7, ਤਾਂ ਆਨਸਰ ਹੋ ਜਾਏਗਾ ਸਾਡੇ ਕੋਲ 7। ਹੁਣ ਇੱਥੇ ਕੀ ਪੁੱਛਿਆ ਉਸਨੇ, x ਦਾ ਕੋਫੀਸ਼ੀਐਂਟ ਕੀ ਹੋਏਗਾ, ਤਾਂ ਤੁਸੀਂ ਕੁਐਸਚਨ 'ਚ ਕਿੱਥੇ ਦੇਖਣਾ ਜਾ ਕੇ, ਉਹ x ਦੇ ਨਾਲ ਕੀ ਲਿਖਿਆ। ਠੀਕ ਹੈ, x ਦੇ ਨਾਲ ਕੁਛ ਨਹੀਂ ਲਿਖਿਆ ਤਾਂ ਅਸੀਂ ਕੀ ਮੰਨਦੇ ਹਾਂ 1, ਪਰ ਜਿਹੜਾ ਸਾਈਨ ਹੈ ਇਹ ਵੀ ਧਿਆਨ ਰੱਖਣਾ, ਸਾਈਨ ਦੇਖੋ ਕੀ ਲਿਖਿਆ, ਮਾਈਨਸ ਦਾ, ਤਾਂ ਇੱਥੇ ਮਾਈਨਸ ਦਾ ਹੀ ਸਾਈਨ ਲੱਗੂਗਾ,
कोफिशिएंट ਦੇ ਵਿੱਚ ਵੀ ਤਾਂ ਆਨਸਰ ਕੀ ਹੋ ਜਾਏਗਾ ਸਾਡੇ ਕੋਲ ਇਹਦਾ -1 ਪਰ ਇਹ ਕੀ ਪੁੱਛ ਰਿਹਾ ਕਿ 1 ਹੈ ਜਾਂ ਨਹੀਂ ਤਾਂ ਅਸੀਂ ਕਵਾਂਗੇ ਫਾਲਸ 1 ਨਹੀਂ ਹੈ ਆਂਦਾ ਜੀ -1 ਫਿਫਥ ਕੁਐਸਚਨ ਆ ਸਾਡੇ ਕੋਲ ਇਫ ਦਾ ਲੈਂਥ ਆਫ ਦਾ ਸਾਈਡ ਆਫ ਅ ਕਿਊਬ ਇਜ਼ 1 ਯੂਨਿਟ ਕਹਿੰਦਾ ਜੇ ਜਿਹੜੀ ਕਿਊਬ ਦੀ ਲੈਂਥ ਜਿਹੜੀ ਆ 1 ਯੂਨਿਟ ਹੋ ਜੇ ਵੀ ਇੱਕ ਘਣ ਦੀ ਜਿਹੜੀ ਪੂਜਾ ਦੀ ਲੰਬਾਈ 1 ਸੈਂਟੀਮੀਟਰ ਹੋਵੇ then its total surface area will be 1 square unit ਤਾਂ ਇਹਦੇ ਕੁੱਲ ਸਤ੍ਹਾ ਦਾ ਖੇਤਰਫਲ 1 ਸੈਂਟੀਮੀਟਰ ਸਕੁਅਰ ਹੋਵੇਗਾ ਨਹੀਂ ਜੀ ਇਹ ਫਾਲਸ ਹੈ ਕਿਉਂਕਿ ਇਸ ਦਾ ਦੇਖੋ ਏਰੀਆ ਆਫ ਕਿਊਬ ਸਾਡੇ ਕੋਲ ਕੀ ਹੋ ਜਾਂਦਾ ਹੈ ਉਹ ਹੁੰਦਾ ਸਾਡੇ ਕੋਲ 6a ਦਾ ਸਕੁਅਰ ਤਾਂ ਇਸ ਕਰਕੇ ਆਨਸਰ ਜਿਹੜਾ ਗਲਤ 6th ਕੁਐਸਚਨ ਆ ਸਾਡੇ ਕੋਲ ਦਾ ਪਾਪੂਲੇਸ਼ਨ ਆਫ ਅ ਕੰਟਰੀ ਐਂਡ ਦਾ ਏਰੀਆ ਆਫ ਲੈਂਡ ਪਰ ਪਰਸਨ ਥਿਸ ਇਜ਼ ਐਨ ਐਗਜ਼ਾਮਪਲ ਆਫ ਅ ਡਾਇਰੈਕਟ ਕੁਐਸਚਨ ਕਹਿੰਦਾ ਇਹ ਜਿਹੜੀ ਕਿਸੇ ਦੇਸ਼ ਦੀ ਜਨਸੰਖਿਆ ਤੇ ਪ੍ਰਤੀ ਵਿਅਕਤੀ ਜ਼ਮੀਨ ਦਾ ਖੇਤਰਫਲ ਇਹ ਸਿੱਧੇ ਅਨੁਪਾਤ ਦੀ ਉਦਾਹਰਣ ਹੈ ਤਾਂ ਅਸੀਂ ਆਨਸਰ ਕਰਾਂਗੇ ਇਸ ਦਾ ਫਾਲਸ ਨਹੀਂ ਜੀ ਇਹ ਸਿੱਧੇ ਅਨੁਪਾਤ ਦੀ ਉਦਾਹਰਣ ਨਹੀਂ ਹੈ 7th ਕੁਐਸਚਨ 3576 ਸੰਖਿਆ 4 ਦਾ ਗੁਣਜ ਇਸ ਦਾ ਮਲਟੀਪਲ ਨੰਬਰ ਆਫ 4 ਕਹਿੰਦਾ ਵੀ ਜਿਹੜਾ ਇਹ ਇਸ ਦਾ ਮਲਟੀਪਲ ਹੈ ਜਾਂ ਨਹੀਂ ਹੈ ਤੁਸੀਂ ਕੀ ਕਰਨਾ ਦੇਖੋ 3576 ਇਸ ਦੇ ਪਿਛਲੇ ਦੋ ਡਿਜਿਟ ਦੇਖ ਲੈਣੇ ਆ ਜਿਹੜਾ 76 ਹੈ ਇਹ 4 ਦੇ ਟੇਬਲ ਚ ਆਂਦਾ ਕਿ ਨਹੀਂ ਆਂਦਾ ਦੇਖੋ 4 ਨਾਲ ਡਿਵਾਈਡ ਕਰਕੇ ਦੇਖ ਲਾਂਗੇ 4 1 ਦਾ 4 7 ਜੋ 4 3 6 4 9 ਦਾ 36 ਇਹ 4 ਨਾਲ ਡਿਵਾਈਡ ਹੋ ਗਿਆ ਤਾਂ ਆਨਸਰ ਕੀ ਹੋਇਆ ਸਾਡੇ ਕੋਲ ਟਰੂ ਤੁਸੀਂ ਜਿਹੜਾ ਇਸ ਦੇ ਵਿੱਚ ਪਿਛਲੇ ਡਿਵਾਈਡ ਕਰਕੇ ਦੇਖ ਸਕਦੇ ਹੋ ਤੇ ਜੇ ਤੁਹਾਨੂੰ ਜ਼ਿਆਦਾ ਕਨਫਿਊਜ਼ਨ ਹੈ ਤੁਸੀਂ ਸਾਰਾ ਵੀ ਡਿਵਾਈਡ ਕਰਕੇ ਦੇਖ ਸਕਦੇ ਹੋ ਠੀਕ ਹੈ ਜੀ ਸਾਰਾ ਡਿਵਾਈਡ ਕਰੋਗੇ ਤਾਂ ਪਤਾ ਲੱਗ ਜਾਊਗਾ ਤੁਹਾਨੂੰ ਕਿ ਇਹ ਡਿਵਾਈਡ ਹੋ ਰਿਹਾ ਕਿ ਨਹੀਂ ਹੋ ਰਿਹਾ ਕੁਐਸਚਨ ਨੰਬਰ 8 ਆ ਸਾਡੇ ਕੋਲ ਗਿਵਨ ਦਾ ਟੇਬਲ ਦਾ ਵੈਲਿਊ ਆਫ ਐਪਲਸ ਇਜ਼ ਐਨ ਇੰਡੀਪੈਂਡੈਂਟ ਵੇਰੀਏਬਲ ਦਿੱਤੀ ਗਈ ਸਾਰਨੀ ਸੇਬਾਂ ਦਾ ਮੁੱਲ ਇੱਕ ਸੁਤੰਤਰ ਚਲ ਹੈ ਨਹੀਂ ਜੀ ਸੁਤੰਤਰ ਚਲ ਨਹੀਂ ਹੈ ਇਹ ਫਾਲਸ ਆਨਸਰ ਹੋ ਜਾਏਗਾ ਇਸਦਾ ਹੁਣ 3rd ਕੁਐਸਚਨ ਦੇ ਵਿੱਚ ਕੀ ਆ ਖਾਲੀ ਸਥਾਨ ਭਰੋ ਫਿਲਿੰਗ ਦੀ ਬਲੈਂਕਸ ਇਸ ਦੀ ਵੀ ਜਿਹੜੀਆਂ ਫਿਲਿੰਗ ਦੀ ਬਲੈਂਕ ਤੁਹਾਡੇ ਕੋਲ 1-1 ਨੰਬਰ ਦੀ ਆਊਗੀ ਤੇ ਕੁਐਸਚਨ ਨੰਬਰ 1st ਆ ਦੇ ਕੋਲ ਈਚ ਐਂਗਲ ਆਫ ਅ ਰੈਕਟੈਂਗਲ ਇਜ਼ ਜਿਹੜਾ ਰੈਕਟੈਂਗਲ ਹੁੰਦਾ ਦੇਖੋ ਇਸ ਸ਼ੇਪ ਦਾ ਹੁੰਦਾ ਉਹ ਕਹਿੰਦਾ ਇਸ ਦਾ ਜਿਹੜਾ ਐਂਗਲ ਹੈ ਇਹ ਸਾਰੇ ਐਂਗਲ ਇਸ ਦੇ ਕਿੰਨੇ ਡਿਗਰੀ ਦੇ ਹੋਣਗੇ ਤਾਂ ਤੁਸੀਂ ਯਾਦ ਰੱਖਣਾ ਹੈ ਜਿਹੜੇ ਰੈਕਟੈਂਗਲ ਦੇ ਸਾਰੇ ਐਂਗਲ ਉਹ 90 ਡਿਗਰੀ ਦੇ ਹੁੰਦੇ ਆ ਸੈਕਿੰਡ ਕੁਐਸਚਨ ਆ ਸਾਡੇ ਕੋਲ ਦਾ ਪਾਈ ਚਾਰਟ ਗਿਵਨ ਸ਼ੋਜ਼ ਦਾ ਪਰਸੈਂਟੇਜ ਆਫ ਬॉयਜ਼ ਐਂਡ ਗਰਲਜ਼ ਇਨ ਅ ਸਕੂਲ ਕਹਿੰਦੇ ਇੱਕ ਤਾਂ ਪਾਈ ਚਾਰਟ ਦਿੱਤਾ ਗਿਆ ਇਸ ਦੇ ਵਿੱਚ ਪਰਸੈਂਟੇਜ ਦਿੱਤੀ ਗਈ ਆ ਬॉयਜ਼ ਐਂਡ ਗਰਲਜ਼ ਦੀ ਇਫ ਦਾ ਟੋਟਲ ਨੰਬਰ ਆਫ ਸਟੂਡੈਂਟ ਇਨ ਦਿਸ ਸਕੂਲ ਇਜ਼ 500 ਕਹਿੰਦਾ ਜੇ ਇੱਕ ਸਕੂਲ ਦੇ ਵਿੱਚ 500 ਬੱਚੇ ਨੇ ਟੋਟਲ ਦੈਨ ਦਾ ਨੰਬਰ ਆਫ ਗਰਲਜ਼ ਵਿਲ ਬੀ ਤਾਂ ਗਰਲਜ਼ ਦੀ ਗਿਣਤੀ ਕਿੰਨੀ ਹੋਏਗੀ ਤੁਸੀਂ ਇੱਥੇ ਲਿਖਣਾ ਟੋਟਲ ਬੱਚੇ ਕਿੰਨੇ ਨੇ 500 ਮਲਟੀਪਲਾਈ ਕਰ ਦੇਣਾ ਜਿੰਨੀਆਂ ਤੁਹਾਨੂੰ ਲੜਕੀ ਦੀ ਪਰਸੈਂਟੇਜ ਦਿੱਤੀ ਹੈ 50/100 ਇਹ ਪਰਸੈਂਟੇਜ ਦਾ ਮਤਲਬ ਕੀ ਹੁੰਦਾ ਨੀਚੇ 100 ਲਗਾ ਦੇਣਾ 0 ਨਾਲ 0 ਕੱਟ ਗਈ ਇਹ 0 ਨਾਲ ਇਹ 0 ਕੱਟ ਜਾਣੀ ਹੈ 50 ਬਚਿਆ ਤੇ 5 ਬਚਿਆ ਤਾਂ 50 ਨੂੰ 5 ਨਾਲ ਮਲਟੀਪਲਾਈ ਕਰਾਂਗੇ ਤਾਂ ਆਨਸਰ ਕੀ ਆਏਗਾ ਸਾਡੇ ਕੋਲ 250 ਤਾਂ ਇੱਥੇ ਅਸੀਂ ਫਿਲ ਕਰ ਦਾਂਗੇ ਜੀ ਆਨਸਰ 250 ਥਰਡ ਫਿਲਿੰਗ ਦੀ ਬਲੈਂਕਸ ਹੈ a ਮਲਟੀਪਲਾਈ a ਸਕੁਅਰ ਮਲਟੀਪਲਾਈ a ਕਿਊਬ ਮਲਟੀਪਲਾਈ a 4 ਡੈਸ਼ ਦੇਖੋ ਜਦੋਂ ਵੀ ਤੁਹਾਨੂੰ ਕੋਲੇ ਕੋਈ ਡਿਜਿਟ ਜਿਹੜੇ ਨੇ ਸੇਮ ਹੋਣ ਤੇ ਉੱਪਰ ਪਾਵਰਾਂ ਜਿਹੜੀਆਂ ਡਿਫਰੈਂਟ ਹੋਣ ਔਰ ਵਿੱਚ ਮਲਟੀਪਲਾਈ ਹੋਵੇ ਤਾਂ ਤੁਸੀਂ ਕੀ ਕਰਨਾ ਹੈ ਪਾਵਰਾਂ ਜਿਹੜੀਆਂ ਉਹ ਪਲੱਸ ਕਰ ਦੇਣੀਆਂ ਠੀਕ ਹੈ ਜੀ ਤਾਂ ਆਨਸਰ ਕੀ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦੇ ਰਿਹਾ ਇੱਥੇ ਐਗਜ਼ਾਮਪਲ ਆ ਗਈ ਸਾਡੇ ਕੋਲ ਜਿਸ ਤਰ੍ਹਾਂ 4+5 ਪਰ ਅਸੀਂ ਕਰਤਾ 9 ਹੁਣ ਇੱਥੇ ਗਿਣਨਾ ਕਿੰਨਾ a ਦੀ ਕਿੰਨੀ ਹੈ ਤੇ ਕੁਝ ਨਹੀਂ ਤਾਂ ਹਮੇਸ਼ਾ 1 ਮਿਲਣੀ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ 1 ਔਰ 2 ਔਰ 1 3 3 ਔਰ 3 6 6 ਔਰ 4 10 ਤਾਂ a ਦੀ ਪਾਵਰ ਹੋ ਗਈ ਸਾਡੇ ਕੋਲ 10 ਤੁਸੀਂ ਨਾਲ ਇਹ ਵੀ ਯਾਦ ਰੱਖਣਾ ਕਿ ਦੇਖੋ ਜੇ ਮੰਨ ਲਓ ਤੁਹਾਡੇ ਇੱਥੇ 5 ਦਿੱਤਾ ਇਹਦੀ ਪਾਵਰ ਔਰ ਵਿੱਚ ਡਿਵਾਈਡ ਪਾਇਆ ਠੀਕ ਹੈ ਜੀ ਔਰ ਇੱਥੇ ਪਾਵਰ 4 ਹੈ ਤੁਸੀਂ ਕੀ ਕਰਨਾ ਹੈ ਪਾਵਰਾਂ ਜਿਹੜੀਆਂ ਉਹ ਮਾਈਨਸ ਕਰ ਦੇਣੀਆਂ ਜੇ ਡਿਵਾਈਡ ਆ ਗਿਆ ਤਾਂ ਪਾਵਰ ਮਾਈਨਸ ਮਲਟੀਪਲਾਈ ਆ ਗਿਆ ਤਾਂ ਪਾਵਰ ਪਲੱਸ ਕਰ 4th ਕੁਐਸਚਨ ਆ ਸਾਡੇ ਕੋਲ ਇਫ ਦਾ ਲੈਂਥ ਆਫ ਅ ਸਾਈਡ ਆਫ ਅ ਸਕੁਅਰ ਪੇਪਰ ਇਜ਼ 7.5 ਸੈਂਟੀਮੀਟਰ ਜੇਕਰ ਇੱਕ ਵਰਗਾਕਾਰ ਕਾਗਜ਼ ਦੀ ਇੱਕ ਭੁਜਾ ਦੀ ਲੰਬਾਈ 7.5 ਸੈਂਟੀਮੀਟਰ ਹੋਵੇ ਦੈਨ ਦਾ ਪੈਰੀਮੀਟਰ ਆਫ ਦਿਸ ਪੇਪਰ ਵਿਲ ਬੀ ਤਾਂ ਕਾਗਜ਼ ਦਾ ਪਰਿਮਾਪ ਕੀ ਹੋਏਗਾ ਤੁਸੀਂ ਸਿੰਪਲ ਕੀ ਲਾਣਾ ਇੱਥੇ ਪੈਰੀਮੀਟਰ ਆਫ ਸਕੁਅਰ ਦਾ ਫਾਰਮੂਲਾ ਲਗਾਵਾਂਗੇ 4 ਮਲਟੀਪਲਾਈ ਸਾਈਡ 4 ਮਲਟੀਪਲਾਈ 7.5 ਤੁਸੀਂ ਹੁਣ ਪੁਆਇੰਟ ਦੇ ਕਨਫਿਊਜ਼ਨ ਨਹੀਂ ਹੋਣਾ ਤੁਸੀਂ ਲਿਖਣਾ 7.5 ਨੀਚੇ 4 ਨਾਲ ਮਲਟੀਪਲਾਈ ਕਰ ਦੇਣਾ 5.4 ਦਾ 20 ਕੈਰੀ ਕੀਤਾ 2 4.7 ਦਾ 28 ਦੇ ਵਿੱਚ 2 ਪਲੱਸ ਕੀਤੇ ਤਾਂ ਕਿੰਨਾ ਆ ਗਿਆ ਸਾਡੇ ਕੋਲ 30 ਹੁਣ ਇੱਥੇ ਦੇਖਣਾ ਤੁਸੀਂ ਕਿੱਥੇ ਸੀਗਾ 1 ਛੱਡ ਕੇ ਪੁਆਇੰਟ ਸੀ ਤਾਂ ਇੱਥੇ ਅਸੀਂ ਆਨਸਰ ਦੇ ਵਿੱਚ ਵੀ 1 ਛੱਡ ਕੇ ਪੁਆਇੰਟ ਲਗਾ ਦੇਣਾ ਤਾਂ ਆਨਸਰ ਕੀ ਬਣ ਗਿਆ ਸਾਡੇ ਕੋਲ 30 ਆ ਪਿਛਲਾ ਜਿਹੜਾ ਤੁਸੀਂ ਛੱਡ ਸਕਦੇ ਹੋ ਇਹਦਾ ਕੋਈ ਵੈਲਿਊ ਨਹੀਂ ਹੁੰਦੀ ਤਾਂ ਆਨਸਰ ਆ ਜਾਏਗਾ ਸਾਡੇ ਕੋਲ 30 5th ਕੁਐਸਚਨ ਆ ਸਾਡੇ ਕੋਲ ਇਫ ਦਾ ਪ੍ਰਾਈਸ ਆਫ ਅ ਸਪੈਸ਼ਲ ਟਾਈਪ ਆਫ 5 ਮੀਟਰ ਕਲੋਥ ਇਜ਼ 250 ਕਹਿੰਦਾ ਕਿਸੇ ਵਿਸ਼ੇਸ਼ ਪ੍ਰਕਾਰ ਦੇ 5 ਮੀਟਰ ਕੱਪੜੇ ਦਾ ਮੁੱਲ 250 ਰੁਪਏ ਹੋਵੇ ਦੈਨ ਦਾ ਪ੍ਰਾਈਸ ਆਫ 2 ਮੀਟਰ ਕਲੋਥ ਵਿਲ ਬੀ ਤਾਂ 2 ਮੀਟਰ ਕੱਪੜੇ ਦਾ ਮੁੱਲ ਕੀ ਹੋਵੇਗਾ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ ਇਹੋ ਜਿਹੇ ਕੁਐਸਚਨ ਤੁਸੀਂ ਸਭ ਤੋਂ ਪਹਿਲਾਂ 1 ਮੀਟਰ ਦਾ ਕੱਢਣਾ ਹੈ ਹੁਣ ਮੰਨ ਲਓ 250 ਤੁਹਾਨੂੰ ਕਹਿ ਰਿਹਾ ਤੁਸੀਂ 1 ਮੀਟਰ ਦਾ ਕੱਢਣਾ ਟੋਟਲ ਕਿੰਨਾ ਗਿਆ 5 ਮੀਟਰ ਦਾ 5 ਥੱਲੇ ਲਗਾ ਲੈਣਾ ਠੀਕ ਹੈ ਜੀ ਇਸ ਨੂੰ ਅਸੀਂ ਕਟਿੰਗ ਕਰ ਦਾਂਗੇ 5 5 ਦਾ ਇੱਥੇ 0 ਨਾਲ ਆ ਗਈ 50 ਆ ਗਿਆ ਉਹਨਾਂ ਨੇ ਕਿੰਨੇ ਪੁੱਛਿਆ 2 ਦਾ
तो असं 2 मल्टीप्लाई कर देंगे, आंसर आ गया साढ़े को 100। इतने आंसर क्या आएगा साढ़े को 100। सिक्स क्वेश्चन है साढ़े को, इफ द वेरिएबल एक्स एंड वाई आर इन डायरेक्ट प्रपोर्शन फिलिंग द बलैंस इन द टेबल बिलो, कहना जेकर राशियां एक्स और वाई सीधे अनुपात में हो तो हेठ दी सार में खाली थां भरो। तुसी की करना इतने देखो, ये 12/5 नीचे की है 48, तुसी ये देखना 12 दे टेबल दे विच 48 कित्थे आउंदा, तो असीं देखना है कित्थे आया 4 दे, तो इसे 4 नू ही इत्थे 6 नाल मल्टीप्लाई कर देना है, तो आंसर कितना आ गया साढ़े को 24, और इतने पुट कर देंगे आंसर हो जाएगा साढ़े को 24। सैवन क्वेश्चन है साढ़े को, 2 - 3 का मुल की होंगे, वैल्यू ऑफ 2 - 3, तो तुम हमेशा याद रखना है, देखो जो भी तुम कोई वैल्यू दी हुई है, मान लो 2 की वैल्यू 3 दी है, तो तुम किमें देखना है, 2 नू 3 बारी ही मल्टीप्लाई कर देना, तो आंसर आ जाएगा साढ़े को 8, पर इतने की है साढ़े को वैल्यू जी माइनस दी है, जलो माइनस दी है तो तुम्हें की करना है 1/2 कर देना है, जो उसकी पावर नीचे ले जानी है, ठीक है जी। फिर इतने इसका मतलब क्या हुआ, 1/2 × 1/2 × 1/2 तो आंसर कितना आया साढ़े को 1/ नीचे मल्टीप्लाई किया तो आंसर आ गया 8, तो आंसर होया साढ़े को 1/8। 8th क्वेश्चन है साढ़े को, अ नंबर हूज यूनिट डिजिट इज 5 इज ऑलवेज अ मल्टीपल ऑफ द नंबर, कहते एक संख्या जिसका इकाई अंक 5 होवे हमेशा संख्या डैश का गुणज होंगी है, मान लो तुम कह रहा देखो 25 है, तो इसका यूनिट नंबर की है 5, तो असं की देखना है भी ये जो सारा नंबर है एक किससे डिवाइड हो जाएगा, तो सानू पता है जिसे पिछे 0 - 5 लग जाए वो हमेशा 5 से डिवाइड होंदा ही होंदा है, तो इतने आंसर की होएगा साढ़े को 5। अगे सैक्शन बी स्टार्ट है साढ़े को जी, हरेक जो क्वेश्चन है वो 2 मार्क्स का होएगा। 4th नंबर से क्वेश्चन है इतने 7/4 को संख्या रेखा से दर्शाओ, रीप्रजेंट 7/4 अंडरलाइन, बहुत ही सिंपल क्वेश्चन है, देखो इतने तुम नंबर लाइन बनाओ, ठीक है, इतने तुम पॉइंट लगा लो 1, 2, 3, 4, 5, 6, 7, ठीक है जी, अगे 8, ठीक है, हम इतने की किया नीचे के नीचे की आई से 4, तो सारे के नीचे 4 लगा देना है, इस तरह करके सारे के नीचे लगा लो, ठीक है जी। फिर उस बाद तुम की देखना की पूछा तुम 7/4, देखो 7/4 इतना इतने राउंड मार देना है, उसको इस सेम जिस तरह मैं बनाया तुम इतना ही उत्ते बना के आना, पर इतने एक 0 लगा लेनी है पॉइंट। 5th नंबर से क्वेश्चन है, दिते चित्र विच एक्स का माप पता करो, फाइंड द मेजर ऑफ एक्स इन द गिवन फिगर, तुसी करना है एक कीड़ी फिगर है, देखो जी पॉलीगोन के जेडे बाहरले यानी एक्सटीरियर एंगल जेडे होंगे आ उन्हों का सम जो कि डिग्री के बराबर होंगे 360 डिग्री, इतने अभी लिखा देखो एक्स प्लस 125 + 125 इजिकल टू 360 डिग्री, एक्स प्लस 125 + 125 कितना होगा 250 इजिकल टू 360, एक्स इजिकल टू 360 - 250 दूजी साइड लैके जावे तो इसका साइन चेंज हो जाएगा, साइन कहड़ा देखना होंगे जो इस तो पहला लग्या, ठीक है जी, साइन हो गया साढ़े को माइनस का, फिर एक्स इजिकल टू माइनस किया साढ़े को आंसर आ जाएगा 110 डिग्री, 110 डिग्री। 6th नंबर से क्वेश्चन है, संख्या 5776 का वर्गमूल पता करो, फाइंड द स्क्वेयर रूट ऑफ नंबर 5776, स्क्वेयर रूट पता करने की करते हैं असं इस तरीके दे एक ग्राफ बनाने हैं, 5776 अंदर रख लेना है, तुसी इसनू दो दो विच डिवाइड कर लेना इन्हां नू, ठीक है, हुण एक ही आ गया साढ़े को 57, पर इतने देखना तुम्हें केड़ा डिजिट रखिए, मान लो तुम इतने 5 रखिया तो 5 नू 5 नाल ही मल्टीप्लाई करना तो आंसर क्या आएगा साढ़े को 25, पर आप की चाहिए इतने 57 या 57 तो छोटा, तो अभी देखा 6 नाल देखो 6 नाल 36, 7 नाल कितना आया 49, 8 नाल कितना आया 64, ठीक है, हुण तुसी देख लेना इहदे विच देखो किसदा अपना किहड़ा छोटा है, सब तो 49 जिहड़ा 64 वड्डा हो गया और 49 जिहड़ा 57 तो छोटा हो गया, तो इतने असं की करांगे 7 नाल डिवाइड करांगे 7 × 7 = 9, ठीक है जी, इसनों असं माइनस कर देंगे, माइनस करके की आया साढ़े को 17 चो 9 गए 8, फिर अगे हूँ जेडे दो ने अगे असं दोनों कट्ठे ही उतारने हैं, इस विच यही रूल है कि दोनों तुसी कट्ठे उतारने हैं, फिर जेड़ा तुसी ये लिखा 7 और 7 इन्हें तुसी प्लस कर लेना, प्लस करके लिख लेना इतने जो भी आंसर आएगा की आया साढ़े को 14, फिर इतने हूँ 14 के नाल फिर उसने स्टार्ट हो जाना, जे तुसी इतने देखो 2 लिखोगे तो फिर 2 नाल ही मल्टीप्लाई करना पेगा, किन्ना आंसर आएगा 2 × 2 = 4, 2 × 4 = 8, 2 × 1 = 2, ठीक है, हुण इतने असं देखांगे 1 × 4 के नाल जी असं मान लो इतने 6 लगा दीए तो इतने की लवेंगे 6 × 36, इतने आ गया 3, 6 × 4 = 24, 24 दे 3 प्लस कितने 27, इतने 2 आ गया और 6 × 1 = 6 और 2 = 8, देखो ये कितना आ गया 8, 7, 6 पूरा कंप्लीट हो गया, देखो इतने लिखा 6 इतने भी 6 और 8, 7, 6 से पूरा डिवाइड हो गया,
और इसका स्क्वेयर रूट की बन के आया फिर साढ़े को 76। इसका आंसर की हो जाएगा साढ़े को फिर 76। नेक्स्ट सेवन क्वेश्चन है साढ़े को संख्या 10648 का घन मूल पता करो, फाइंड द क्यूब रूट ऑफ द नंबर 10648। इस तरीके के क्वेश्चन देखो, जब भी कोई क्यूब रूट या स्क्वेयर रूट पता करना, तुम की करना इतने फैक्टराइज वाला कॉलम बुला लेना है 10648। और इतने एक गल याद रखनी है, जिस डिजिट के पिछे 0 2 4 6 8 ये लग जाए ये कितने डिवाइड होगा, 2 से ही डिवाइड होगा हमेशा। और जिसके पीछे 1 3 5 7 ये लग जाए ये 3 से भी डिवाइड हो सकता है, 5 से भी हो सकता है, 7 से भी हो सकता है, 9 से भी हो सकता है। जिसे एग्जाम्पल के तौर पर मान लो 21 है तो ये पीछे की लगे 1 ये 3 से भी हो सकता है, 7 से भी हो सकता है। और जिसके पीछे 5 लग जाए ये हमेशा 5 से डिवाइड होएगा ही होएगा। हम देखो इतने लास्ट में की लगे 2, तो इसमें तुम डिवाइड करोगे तो आंसर तुम्हारे को आएगा 5 3 2 4। ठीक है, फिर अगर फिर देखो लास्ट में 2 लिखे, फिर इतने 2 ना डिवाइड किता, 2 ना डिवाइड करा, फिर आंसर की आएगा साढ़े को 2662। देखो फिर की लगे पीछे 2, तो फिर 2 से डिवाइड होएगा, आंसर क्या आएगा साढ़े को 1331। हुण पिछे की लगे 1, इसमें तुम डिवाइड करोगे देखो ना तो 3 से डिवाइड हो रहा, ना 5 से, ना 7 से, ना 9 से, डिवाइड होगा जा 11 से। 11 मल्टीप्लाई करांगे असि 121 नाल, फिर नेक्स्ट आज लिखांगे 11 121, 11 दे टेबल च कित्थे आंदा 11 ते ही आंदा। हुण देखो इत्थे लिख लांगे 2 मल्टीप्लाई 2 मल्टीप्लाई 2 मल्टीप्लाई 11 मल्टीप्लाई 11 मल्टीप्लाई 11। हुण देखो इत्थे क्यूब है, क्यूब का मतलब की हुंदा 3। हुण इत्थे जिहड़े तुसीं 3 3 दा पेयर बनाउणा, देखो 3 ए बण गए एंड 3 ए ने, इन्हां चों इक कढ लैणा और इन्हां चों फिर इक 11 चों कढ लैणा। ठीक है जी, एंड मल्टीप्लाई करके आंसर किन्ना आया साडे कोल 22। हुण इसदा क्वेश्चन मतलब की बणिया कि 22 नूं जे असीं 3 वारी मल्टीप्लाई करांगे तां आंसर की आएगा साडे कोल 10648। 8th नंबर ਦੇ ਕੁਐਸਚਨ ਆ ਸਾਡੇ ਕੋਲ, 840 ਰੁਪਏ ਅੰਕਿਤ ਮੁੱਲ ਵਾਲੀ ਇੱਕ ਵਸਤੂ 714 ਰੁਪਏ ਵਿੱਚ ਵੇਚੀ ਜਾਂਦੀ ਹੈ ਤਾਂ ਕਟੌਤੀ ਪ੍ਰਤੀਸ਼ਤ ਪਤਾ ਕਰੋ। ਇਫ ਮਾਰਕਟ ਪ੍ਰਾਈਸ ਆਫ ਐਨ ਆਈਟਮ ਇਜ਼ ₹840 ਐਂਡ ਇਟ ਇਜ਼ ਸੋਲਡ ਐਟ ₹17 ਦੈਨ ਫਾਈਂਡ ਦਾ ਡਿਸਕਾਊਂਟ ਪਰਸੈਂਟ। ਠੀਕ ਹੈ ਜੀ, ਹੁਣ ਇੱਥੇ ਕੀ ਕਰਨਾ ਤੁਸੀਂ ਡਿਸਕਾਊਂਟ ਵਾਲਾ ਫਾਰਮੂਲਾ ਲਗਾਉਣਾ। ਦੇਖੋ ਡਿਸਕਾਊਂਟ ਇਜ਼ ਇਕੁਅਲ ਟੂ, ਇਸਦਾ ਫਾਰਮੂਲਾ ਕੀ ਹੁੰਦਾ ਹੈ, ਮਾਰਕ ਪ੍ਰਾਈਸ ਯਾਨੀ ਐਮਪੀ ਮਾਈਨਸ ਸੇਲ ਪ੍ਰਾਈਸ ਯਾਨੀ ਐਸ। ਪੰਜਾਬੀ ਜੇ ਅਸੀਂ ਲਿਖ ਦਿੰਦੇ ਹਾਂ ਦੇਖੋ, ਕਟੌਤੀ ਇਜ਼ ਇਕੁਅਲ ਟੂ ਅੰਕਿਤ ਮੁੱਲ ਮਾਈਨਸ ਵੇਚ ਮੁੱਲ। ਠੀਕ ਹੈ ਜੀ, ਹੁਣ ਡਿਸਕਾਊਂਟ ਹੀ ਅਸੀਂ ਪਤਾ ਕਰਨਾ ਹੈ, ਮਾਰਕ ਪ੍ਰਾਈਸ ਕੀ ਆ ਸਾਡੇ ਕੋਲ। ਦੇਖੋ ਇੱਥੇ 840 ਮਾਈਨਸ ਸੋਲ ਪ੍ਰਾਈਸ ਕੀ ਆ ਸਾਡੇ ਕੋਲ 714। ਠੀਕ ਹੈ, ਇੱਥੇ ਸਾਡੇ ਕੋਲ ਡਿਸਕਾਊਂਟ ਨਿਕਲ ਕੇ ਆ ਜਾਏਗਾ, ਫਿਰ ਕਿੰਨਾ ਆਇਆ ਸਾਡੇ ਕੋਲ ਮਾਈਨਸ ਕਰਕੇ 126, ਇਹ ਕੀ ਆ ਗਿਆ ਸਾਡੇ ਕੋਲ ਡਿਸਕਾਊਂਟ। ਹੁਣ ਅਸੀਂ ਕਰਨਾ ਜੀ ਪਰਸੈਂਟੇਜ ਦੇ ਵਿੱਚ ਕੱਢਣਾ, ਪਰਸੈਂਟੇਜ ਕਿਵੇਂ ਕੱਢਦੇ ਹਾਂ, ਦੇਖੋ 126 ਉੱਪਰ ਟੋਟਲ ਕਿੰਨਾ, ਦੇਖੋ ਉਹ 840 ਨੀਚੇ ਮਲਟੀਪਲਾਈ 100। ਠੀਕ ਹੈ, ਇਸ ਨੂੰ ਅਸੀਂ ਕਟਿੰਗ ਕਰ ਦਾਂਗੇ, ਦੇਖੋ 0 ਨਾਲ 0 ਕੱਟ ਗਈ, ਦੇਖੋ ਇਹਦੇ ਵਿੱਚ ਕੀ ਲੱਗਿਆ 6, ਇਹਦੇ ਵਿੱਚ 4, ਇਟ ਮੀਨਸ ਕੀ ਹੈ ਕਿ ਦੋਨੋਂ 2 ਤੇ ਡਿਵਾਈਡ ਹੋਣਗੇ। 2 ਤੇ 44 ਨੂੰ ਕੱਟਾਂਗੇ ਕਿੰਨਾ ਆਏਗਾ ਅੰਕ, ਕਿੰਨਾ ਆਏਗਾ ਆਂਸਰ ਸਾਡੇ ਕੋਲ, 2 4 ਦਾ 8 2 2 ਦਾ 4। ਇੱਥੇ ਕੱਟਾਂਗੇ ਤਾਂ ਕਿੰਨਾ ਆਏਗਾ ਸਾਡੇ ਕੋਲ 2 6 ਦਾ 12 2 3 ਦਾ 6। ਫਿਰ ਇਹ ਕਟਿੰਗ ਹੋਣਗੇ, ਦੇਖੋ 63 ਐਂਡ 42 ਕਿਹੜੇ ਟੇਬਲ ਤੇ ਆਉਂਦੇ ਆ, ਇਹ ਆਉਂਦੇ ਆ 21 ਦੇ ਟੇਬਲ ਦੇ ਵਿੱਚ। ਇਸ ਨੂੰ ਅਸੀਂ ਦੇਖੋ 3 ਦੇ ਟੇਬਲ ਤੇ ਕੱਟਾਂਗੇ, 3 ਦੇ ਟੇਬਲ 'ਚ 42 ਕਿੱਥੇ ਆਇਆ 14 ਤੇ, ਐਂਡ 3 ਦੇ ਟੇਬਲ 'ਚ 63 ਕਿੱਥੇ ਆਇਆ 3 2 ਦਾ 3 1 ਦਾ। ਠੀਕ ਹੈ ਜੀ, ਫਿਰ ਅੱਗੇ 7 2 ਦਾ 7 3 ਦਾ, ਫਿਰ ਉੱਪਰ ਹੀ ਬਚੇਗਾ ਸਾਡੇ ਕੋਲ 3 ਐਂਡ 10। ਇੱਥੇ ਕੀ ਆ ਗਿਆ ਸਾਡੇ ਕੋਲ 30 upon 2। ਹੁਣ ਇਸ ਨੂੰ ਕਟਿੰਗ ਕਰ ਦਾਂਗੇ, 2 ਦੇ ਟੇਬਲ 30 ਕਿੱਥੇ ਆਇਆ 15 ਤੇ, ਤਾਂ ਆਨਸਰ ਕੀ ਆਇਆ ਸਾਡੇ ਕੋਲ ਲਾਸਟ ਦੇ ਵਿੱਚ 15%। 9th ਨੰਬਰ ਤੇ ਆ ਤੁਹਾਡੇ ਕੋਲ ਕੁਐਸਚਨ, ਫਾਈਂਡ ਦਾ ਵੈਲਿਊ ਆਫ 102 ਦਾ ਸਕੁਅਰ ਯੂਜ਼ਿੰਗ ਸੂਟੇਬਲ ਆਇਡੈਂਟੀ। ਢੁਕਵੇਂ ਤੱਤ ਸਮੱਕ ਦਾ ਪ੍ਰਯੋਗ ਕਰਦੇ ਹੋਏ 102 ਦੀ ਪਾਵਰ 2 ਦਾ ਮੁੱਲ ਪਤਾ ਕਰੋ। ਤਾਂ ਇਸ ਨੂੰ ਤੁਸੀਂ ਕਿਵੇਂ ਕਰਨਾ ਸੋਲਵ, ਦੇਖੋ 102 ਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ 100+2 ਦਾ ਸਕੁਅਰ। ਇੱਥੇ ਸਾਡੇ ਕੋਲ ਫਾਰਮੂਲਾ ਲੱਗਦਾ ਹੈ a+b ਦਾ ਹੋਲ ਸਕੁਅਰ ਇਜ਼ ਇਕੁਅਲ ਟੂ a² + b² + 2ab। ਸੋ a ਦੀ ਵੈਲਿਊ ਕੀ ਹੋਊਗੀ ਸਾਡੇ ਕੋਲ 100 ਐਂਡ b ਦੀ ਵੈਲਿਊ ਕੀ ਹੈ ਸਾਡੇ ਕੋਲ 2। ਠੀਕ ਹੈ ਜੀ, ਤਾਂ ਇੱਥੇ ਇਹਦੀ ਪੁੱਟ ਕਰ ਦੇਣੀ ਹੈ, a ਦੀ ਵੈਲਿਊ ਪੁੱਟ ਕਰੋ 100 ਇਜ਼ ਦਾ ਸਕੁਅਰ ਪਲੱਸ b ਦੀ ਵੈਲਿਊ 2 ਇਜ਼ ਦਾ ਸਕੁਅਰ ਪਲੱਸ 2, ਫਿਰ a ਦੀ ਵੈਲਿਊ 100, ਫਿਰ b ਦੀ ਵੈਲਿਊ 2। 100 ਦਾ ਸਕੁਅਰ ਮਤਲਬ ਕੀ ਹੈ ਕਿ 100 ਨੂੰ 100 ਨਾਲ ਹੀ ਮਲਟੀਪਲਾਈ ਕਰਨਾ ਹੈ, ਤਾਂ ਕਿੰਨਾ ਆਨਸਰ ਆਇਆ ਸਾਡੇ ਕੋਲ 1 ਨਾਲ 4 0ਆਂ। ਠੀਕ ਹੈ ਜੀ, ਇੱਥੇ ਪੁੱਟ ਕਰ ਦੇਣੀ ਹੈ 1 ਨਾਲ 4 0ਆਂ, ਪਲੱਸ 2 ਦਾ ਸਕੁਅਰ ਕੀ ਆ 4, ਪਲੱਸ 2 100 ਦਾ 200, ਫਿਰ ਉਸਨੂੰ 2 ਨਾਲ ਅੱਗੇ ਮਲਟੀਪਲਾਈ ਕੀਤਾ ਕਿੰਨਾ ਆਇਆ ਸਾਡੇ ਕੋਲ 400। ਉਹ ਇਸ ਨੂੰ ਤੁਸੀਂ ਲਾਸਟ ਵਿੱਚ ਪਲੱਸ ਕਰ ਦੇਣਾ, 10,000 ਉੱਪਰ 400 ਨੀਚੇ ਫਿਰ 4 ਲਾਸਟ, ਇਹਨੂੰ ਤੁਸੀਂ ਪਲੱਸ ਕਰੋਗੇ ਤਾਂ ਆਨਸਰ ਕੀ ਆਏਗਾ ਸਾਡੇ ਕੋਲ 10,404, 10,404।
टेंथ क्वेश्चन है साढ़े को, इफ 15 वर्कर्स कैन बिल्ड अ वॉल इन 48 आवर्स टू कंप्लीट द सेम वर्क इन 30 आवर्स, कहने जे 15 वर्कर जेड़े ने वो मतलब के 48 घंटिया दे विच किसे दीवार नू बना सकते हैं, तो इसे काम नू 30 घंटे विच पूरा करने लिए किन्ने मजदूरों की जरूरत होगी, हाउ मैनी वर्कर्स विल बी नीडिड। तुसी की करना इत्थे देखो, वर्कर से लिख लेना अपोन, लिख लेना इत्थे टाइम, ठीक है जी, और इत्थे इस तरह कॉलम बना लेने हैं, और इत्थे की है वर्कर किन्ने ने साडे कोल दित्ते होने 15, टाइम किन्ना दस्सिया 48, ठीक है। नैक्सट कॉलम दे विच सानू वर्कर ही पता करने हैं, तो इतने एक्स लगावे और नीचे लिखांगे असी किन्ने टाइम जिहड़ा किन्ना लगता है 30 घंटे दे विच असी पता करना है, ठीक है जी। हुण अगे असी लिखांगे एक्स मल्टीप्लाई 30, ये तुसी एक साइड ते लिख लेना है, इजीकल टू 50 मल्टीप्लाई 48, इन्हां नूं एक साइड ते लिख लेना, फिर एक्स इजीकल टू 15 मल्टीप्लाई 48 अपॉन 30, ये जिहड़ा 30 है जिसके विच देखो मल्टीप्लाई का साइन आ जाता है, वो हमेशा जो दूजी साइड जाऊगा तो की जाऊगा नीचे जाऊगा, ठीक है जी। तो इतें ही करा अभी कटिंग कर देंगे, देखो 15 वन का 15 टू का, ये टू के टेबल से 48 किता आया 24 से, तो साढ़े को इतने आंसर कढ़िया सी कि 24 जड़े ने साढ़े को वर्कर चाहिए। 11 क्वेश्चन है साढ़े को, फैक्टराइज 49 एक्स का स्केयर माइनस 36, देखो इसमें तुम्हें किमें करना है, 49 एक्स स्केयर माइनस 36, तुम्हें देखना इतने जो 49 है ये कौन ऐसा डिजिट है जिसनों उस मल्टीप्लाई करने के 49 बन जाए तो सानू पता है 7, इतने एक्स स्केयर ना लिख लेना, ठीक है जी, इसनों बाहर इस तरह ब्रैकेट के विच पाना है। माइनस हूँ 36 केड़ा ऐसा डिजिट है जिसनों उस नाल मल्टीप्लाई करने नाल 36 बन जाए, असीं लिखांगे 6 दा स्केयर। हुण इत्थे की करना है, साडी आइडेंटिटी बन गई, इत्थे केड़ी आइडेंटिटी बन गई, ए स्केयर माइनस बी स्केयर इजीकल टू ए प्लस बी एंड ए माइनस बी, तो इत्थे की लगावांगे ए की जगह ते की है, ए की वैल्यू है एंड ए दूजी बी की वैल्यू मान लेनी, ए की वैल्यू कितनी है 7x, कई स्टूडेंट के नाल स्केयर लगाने लग जाते हैं, वह नहीं लगाना, तुसी जो ब्रैकेट के अंदर वैल्यू लिखी है वही पुट करनी है। देखो ए की वैल्यू कितनी है 7x प्लस बी की वैल्यू 6 एन एक ब्रैकेट के विच, फिर ए की वैल्यू 7x माइनस 6 बी की वैल्यू 6, ये साढ़े को आंसर बन गया। 12 नंबर से क्वेश्चन है साढ़े को, दी गई समीकरण को हल करो, सोल्व द गिवन इक्वेशन, देखो जी इक्वेशन दी आ रही थोड़ा, तुम इसमें की करना है क्रॉस मल्टीप्लाई कर देना, ठीक है जी। हम इतने 5 इतने लिखा, एक्स माइनस 5 अंदर लगा लेंगे इजिकल टू फिर 3 बाहर, एक्स माइनस 3 अंदर, हम 5 में एक्स मल्टीप्लाई किया 5x माइनस, फिर 5 में 5 ना ही मल्टीप्लाई करना है, इन्ना आंसर आएगा 25 इजिकल टू फिर 3 नू एक्स नाल 3x माइनस, फिर 3 नू 3 ना मल्टीप्लाई 9। देखो तुसी की करना, जिहड़ी एक्स एक्स वैल्यू जिहड़ियां उह इकट्ठियां कर लेणियां, 5x अपनी जगह ते 3x दूजी साइड जाएगा, तां की हो जाएगा माइनस 3x इजिकल टू माइनस 9 अपनी जगह ते रखना है, और माइनस 25 जो दूजी जगह जाएगा तां की होएगा साडे कोले प्लस विच हो जाएगा प्लस 25, 5x जो 3x माइनस कितने आंसर आया साडे कोल 2x इजिकल टू प्लस माइनस माइनस 25 के विचों 9 माइनस कितने आंसर आया साढ़े को 16। फिर देखो इन्हें दोनों के विच कोई डिजिट नहीं, तो की होगा एक्स अपनी जगह से 16 अपनी जगह से, जो 2 आ वो नीचे चल जाएगा और इतने नीचे जाके डिवाइड की ऑप्शन आ जाएगा, फिर इतने इसकी कटिंग कर देंगे, 2 के टेबल 16 कितने आया 8 से, तो एक्स की वैल्यू की बन गई साढ़े को 8, तो आंसर हो गया साढ़े को 8। 12 क्वेश्चन का ही और पार्ट है साढ़े को, रेशियो ऑफ टू नंबर इज 5:3 इफ देयर डिफरेंस इज 18 दैन फाइंड द नंबर, दो संख्यावां दा अनुपात 5:3 है, जेकर इन्हां विचकार अंतर 18 दा होवे तां संख्यावां पता करो। इस क्वेश्चन नूं तुसीं स्टार्ट करना, देखो किवें लिखना है, लैट नंबर इज इक्वल टू 5x एंड 3x, जिहड़ी रेशियो हुंदी है उसदे नाल तुसीं हमेशा एक्स पुट कर लेना, फिर अगे अकॉर्डिंग टू क्वेश्चन, क्वेश्चन की कह रहा है, देखो जी जी संख्यावां दित्तियां नंबर दित्ते हैं उन्होंने की है, दोनों विच डिफरेंस इतने माइनस पा लो, डिफरेंस माइनस 3x इजिकल टू कि आएगा साढ़े को 18, ठीक है, इन्हों माइनस करो आया 2x इजिकल टू 18, फिर एक्स इजिकल टू 18, टू नीचे चले गया, तो 2 ने इसकी कटिंग करती कि आया साढ़े को 9, एक्स इजिकल टू 9 आंसर आ गया। हुण इसमें असीं की करांगे, पुट करना है x दी वैल्यू नूं इत्थे पुट करना है, किवें, देखो 5x 5x दी जगह ते 9 ए मल्टीप्लाई दी फॉर्म च आऊगा, 9 5 दा 35, फिर इसे तरीके नाल ही 3 3x, फिर 3 दे 3 इत्थे रखना है बाहर और 9 अंदर रखना है, x दी वैल्यू 9 आई है वो इत्थे उही पुट करनी है, 9 3 दा 27, तां साडे कोल दो संख्यावां की आ गईआं 45 एंड 27। हुण जे तुसीं इहदा आंसर भी चैक करोगे, देखो 47 दे विचों जदों तुसीं 27 नूं माइनस करोगे तां किन्ना आंसर आएगा
50 चो 7 8 3 चो 2 1 ਦਾ 18 ਹੀ ਆਏਗਾ ਇਹ ਤੁਸੀਂ ਇਸ ਨੂੰ ਚੈੱਕ ਵੀ ਕਰ 30 ਨੰਬਰ ਦੇ ਕੁਐਸਚਨ ਆ ਸਾਡੇ ਕੋਲ ਆਇਤ ਓਕੇ ਦੀ ਰਚਨਾ ਕਰੋ ਜਿਸ ਵਿੱਚ ਓਕੇ ਇਜ਼ ਇਕਵਲ ਟੂ 7 ਸੈਂਟੀਮੀਟਰ ਐਂਡ ਕੇ ਏ 5 ਸੈਂਟੀਮੀਟਰ ਹੈ ਕੰਸਟਰਕਟ ਅ ਰੈਕਟੈਂਗਲ ਓਕੇ ਤੁਸੀਂ ਇੱਕ ਰੈਕਟੈਂਗਲ ਕੰਸਟਰਕਟ ਕਰਨਾ ਹੈ ਦੇਖੋ ਕਿਵੇਂ ਕਰਨਾ ਹੈ ਮੰਨ ਲਓ ਤੁਸੀਂ ਇੱਥੇ ਇੱਕ ਲਾਈਨ ਲਗਾ ਲੈਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਤੁਸੀਂ ਇੱਕ 90 ਡਿਗਰੀ ਦਾ ਐਂਗਲ ਬਣਾ ਲੈਣਾ ਹੈ ਇਸ ਤਰ੍ਹਾਂ ਇੱਕ ਚਾਪ ਬਣਾ ਕੇ 90 ਡਿਗਰੀ ਦਾ ਐਂਗਲ ਬਣਾ ਲੈਣਾ ਤੁਸੀਂ ਇੱਥੇ ਠੀਕ ਹੈ ਜੀ ਇਸ ਨੂੰ ਅਸੀਂ ਇਸ ਨਾਲ ਲਾਈਨ ਮਾਰ ਦੇਣੀ ਹੈ ਇੱਥੇ ਵੀ ਤੁਸੀਂ ਦੂਜੀ ਸਾਈਡ ਵੀ ਇਸ ਤਰੀਕੇ ਨਾਲ ਕਰ ਦੇਣਾ ਪਰ ਇੱਥੇ ਤੁਸੀਂ ਪੁਆਇੰਟ ਲਗਾ ਕੇ 90 ਡਿਗਰੀ ਦਾ ਐਂਗਲ ਬਣਾ ਕੇ ਇਸ ਨੂੰ ਤੁਸੀਂ ਇੱਥੇ ਪੁਆਇੰਟ ਬਣਾ ਲੈਣਾ ਇੱਥੇ ਲਾਈਨ ਲਿਖ ਲੈਣੀ ਤੁਸੀਂ ਇਹ ਓ ਕੇ ਐਂਡ ਇਹਨਾਂ ਨੂੰ ਤੁਸੀਂ ਜੁਆਇੰਟ ਕਰ ਦੇਣਾ ਇਹ ਬਣ ਗਈ ਇੱਥੇ ਏ ਐਂਡ ਵਾਈ ਤਾਂ ਸਾਡੇ ਕੋਲ ਕੀ ਬਣ ਗਿਆ ਇਹ ਓ ਕੇ ਏ ਵਾਈ ਕੇ ਉਹ ਇੱਥੇ ਤੁਸੀਂ ਇਹਦੀਆਂ ਡਾਇਮੈਂਸ਼ਨ ਲਿਖ ਦੇਣੀ ਆ 7 ਸੈਂਟੀਮੀਟਰ ਕੇ ਏ ਦੀ ਕਿੰਨੀ ਆ 5 ਸੈਂਟੀਮੀਟਰ ਸੋ ਸਾਡੇ ਕੋਲ ਕੀ ਬਣ ਗਿਆ ਇਹ ਓ ਕੇ ਏ ਵਾਈ ਓਕੇ ਅੱਗੇ ਕੀ ਆ ਸਾਡੇ ਕੋਲ ਕੰਸਟਰਕਟ ਅ ਕੁਆਰਡੀਨੇਟਰ ਇੱਕ ਚਤੁਰਭੁਜ ਬਣਾਉਣਾ ਤੁਸੀਂ ਗੋਲਡ ਦੀ ਰਚਨਾ ਕਰੋ ਗੋਲਡ ਦੇ ਨਾਮ ਤੇ ਯਾਨੀ ਜੀ ਓ ਐਲ ਡੀ ਇਹ ਤੁਸੀਂ ਜਿਹੜੀ ਡਾਇਮੈਂਸ਼ਨ ਰੱਖਣੀ ਆ ਯਾਨੀ ਉਸਦਾ ਜਿਹੜਾ ਨਾਮ ਦੇਣਾ ਤੁਸੀਂ ਉਸਨੂੰ ਗੋਲਡ ਦੇਣਾ ਜੀ ਓ ਐਲ ਡੀ ਰੱਖਣਾ ਠੀਕ ਹੈ ਜੀ ਫਿਰ ਅੱਗੇ ਕੀ ਆ ਸਾਡੇ ਕੋਲ ਓ ਐਲ ਹੁਣ ਓ ਐਲ ਅਸੀਂ ਪਤਾ ਕਰਨਾ ਕਿ ਇਹ ਸਾਈਡ ਬਣਾਈਏ ਕਿ ਐਂਗਲ ਹੈ ਕੀ ਹੈ ਇਹ ਤਾਂ ਸਾਨੂੰ ਪਤਾ ਕਿ ਜਿਹੜੀ ਓ ਐਲ ਦੇਖੋ ਇਹ ਇਕੱਠਾ ਲਿਖਿਆ ਓ ਐਲ ਦਾ ਇਹਦਾ ਮਤਲਬ ਇਹ ਸਾਈਡ ਹੈ ਫਿਰ ਜੀ ਐਲ ਹੁਣ ਜੀ ਔਰ ਐਲ ਦੇ ਵਿੱਚ ਕੀ ਹੈ ਦੇਖੋ ਇੱਕ ਦਾ ਗੈਪ ਹੈ ਓ ਮਿਸਿੰਗ ਹੈ ਤਾਂ ਇਸ ਦਾ ਮਤਲਬ ਕੀ ਹੋਇਆ ਇਹ ਕੀ ਹੋਇਆ ਇਹ ਡਾਇਗਨਲ ਬਣ ਆ ਨੈਕਸਟ ਕੀ ਹੈ ਜੀ ਡੀ ਮਤਲਬ ਕਿ ਡੀ ਤੋਂ ਬਾਅਦ ਕੀ ਆ ਰਿਹਾ ਜੀ ਤਾਂ ਇਹ ਵੀ ਸਾਡੇ ਕੋਲ ਇੱਕ ਸਾਈਡ ਹੈ ਫਿਰ ਐਲ ਡੀ ਇਹ ਵੀ ਇਕੱਠਾ ਲਿਖਿਆ ਹੋਇਆ ਇਹ ਵੀ ਸਾਈਡ ਹੈ ਫਿਰ ਓ ਡੀ ਓ ਔਰ ਡੀ ਦੇ ਵਿੱਚ ਗੈਪ ਹੈ ਦੇਖੋ ਐਲ ਦਾ ਇਸ ਦਾ ਮਤਲਬ ਕੀ ਹੋਇਆ ਇਹ ਸਾਡੇ ਕੋਲ ਡਾਇਗਨਲ ਬਣਾਉਣਾ ਹੈ ਦੇਖੋ ਪਹਿਲਾਂ ਤੁਸੀਂ ਇੱਥੇ ਲਾਈਨ ਮਾਰ ਲੈਣੀ ਹੈ ਉਹ ਕੀ ਬਣ ਗਈ ਸਾਡੇ ਕੋਲ ਸਾਈਡ ਓ ਐਲ ਕਿੰਨੀ ਆ ਸਾਡੇ ਕੋਲ 7.5 ਸੈਂਟੀਮੀਟਰ ਠੀਕ ਹੈ ਜੀ ਫਿਰ ਇਸ ਤਰੀਕੇ ਨਾਲ ਤੁਸੀਂ ਇੱਥੇ ਲਾਈਨ ਉਗਾਰ ਕੇ ਇੱਥੇ 90 ਡਿਗਰੀ ਦਾ ਐਂਗਲ ਬਣਾ ਕੇ ਇਸ ਨੂੰ ਬਣਾ ਲੈਣਾ ਇੱਥੇ ਡੀ ਔਰ ਇੱਥੋਂ ਅਸੀਂ ਖਿੱਚ ਲੈਣੀ ਇਹ ਡਾਇਗਨਲ ਔਰ ਇੱਥੇ ਤੁਸੀਂ ਫੇਰ ਇੱਥੇ ਬਣਾ ਦੇਣਾ ਤੁਸੀਂ ਇੱਥੇ ਚਾਪ ਲਗਾ ਕੇ 90 ਡਿਗਰੀ ਦਾ ਐਂਗਲ ਇਸ ਨਾਲ ਮਿਲਾ ਦੇਣਾ ਔਰ ਇੱਥੋਂ ਇਸ ਦੇ ਨਾਲ ਮਿਲਾ ਦੇਣਾ ਤਾਂ ਇਹਦਾ ਨੰਬਰ ਲਿਖ ਦੇਣਾ ਇੱਥੇ ਇਹ ਕੀ ਬਣ ਗਿਆ ਸਾਡੇ ਕੋਲ ਜੀ ਤਾਂ ਇਹ ਕੀ ਬਣ ਗਿਆ ਸਾਡੇ ਕੋਲ ਜੀ ਓ ਐਲ ਡੀ ਗੋਲਡ 40 ਨੰਬਰ ਤੇ ਕੁਐਸਚਨ ਆ ਸਾਡੇ ਕੋਲ ਫਾਈਂਡ ਦਾ ਨੰਬਰ ਆਫ ਫੇਸਿਸ ਆਫ ਅ ਸੋਲਿਡ ਵਿਚ ਹੈਜ਼ 6 ਵਰਟਿਕਸ ਐਂਡ 12 ਐਜਿਸ ਕਹਿੰਦੇ ਉਸ ਠੋਸ ਆਕਾਰ ਦੇ ਫਲਕਾਂ ਦੀ ਗਿਣਤੀ ਪਤਾ ਕਰੋ ਜਿਸ ਦੇ ਸਿਖਰਾਂ ਦੀ ਗਿਣਤੀ 6 ਅਤੇ ਕਿਨਾਰਿਆਂ ਦੀ ਗਿਣਤੀ 12 ਹੋਵੇ ਤਾਂ ਇਹਦਾ ਇੱਥੇ ਫਾਰਮੂਲਾ ਲੱਗਣਾ ਦੇਖੋ ਐਫ ਪਲੱਸ ਵੀ ਇਜ਼ ਇਕਵਲ ਟੂ ਈ ਪਲੱਸ 2 ਹੁਣ ਪੰਜਾਬੀ ਦੇ ਵਿੱਚ ਦੇਖਿਆ ਜਾਵੇ ਤਾਂ ਪੰਜਾਬੀ ਵਿੱਚ ਤੁਸੀਂ ਇਸ ਨੂੰ ਯਾਦ ਰੱਖਣਾ ਹੈ ਫੇਸਬੁੱਕ ਦੇ ਨਾਮ ਨਾਲ ਐਫ ਤੋਂ ਕੀ ਬਣ ਗਿਆ ਸਾਡੇ ਕੋਲ ਫਲਕ ਠੀਕ ਹੈ ਜੀ ਪਲੱਸ ਐਸ ਤੋਂ ਕੀ ਬਣ ਗਿਆ ਸਾਡੇ ਕੋਲ ਸਿਖਰ ਇਜ਼ ਇਕਵਲ ਟੂ ਕ ਤੋਂ ਕੀ ਬਣ ਗਿਆ ਸਾਡੇ ਕੋਲ ਕਿਨਾਰੇ ਐਂਡ ਪਲੱਸ 2 ਤੁਸੀਂ ਪਿੱਛੇ ਲਗਾ ਐਫ ਦੀ ਵੈਲਿਊ ਵੀ ਅਸੀਂ ਫਾਈਂਡ ਕਰਨੀ ਹੈ ਪਲੱਸ ਬੀ ਦੀ ਵੈਲਿਊ ਕਿੰਨੀ ਹੈ ਸਾਡੇ ਕੋਲ 6 ਇਜ਼ ਇਕਵਲ ਟੂ ਈ ਦੀ ਵੈਲਿਊ ਕਿੰਨੀ ਹੈ ਸਾਡੇ ਕੋਲ 12 ਯਾਨੀ ਐਜਿਸ ਜਾਂ ਕਿਨਾਰੇ ਕਿੰਨੇ ਆ 12 ਪਲੱਸ 2 ਪਿੱਛੇ ਠੀਕ ਹੈ ਜੀ ਫ ਇਜ਼ ਇਕਵਲ ਐਫ ਪਲੱਸ 6 ਇਜ਼ ਇਕਵਲ ਟੂ 12 ਔਰ 2 14 ਫਿਰ ਐਫ ਇਜ਼ ਇਕਵਲ ਟੂ 14 6 ਦੂਜੀ ਸਾਈਡ ਜਾਏਗਾ ਉਹਦੇ ਜਾ ਕੀ ਹੋਏਗਾ ਮਾਈਨਸ ਹੋ ਜਾਏਗਾ ਮਾਈਨਸ 6 ਐਫ ਇਜ਼ ਇਕਵਲ ਟੂ ਇਸ ਨੂੰ ਮਾਈਨਸ ਕੀਤਾ ਤਾਂ ਕੀ ਆਨਸਰ ਆਏਗਾ ਸਾਡੇ ਕੋਲ 8 ਯਾਨੀ ਫਲਕਾਂ ਜਾਂ ਫੇਸਿਸ ਸਾਡੇ ਕੋਲ ਕਿੰਨੇ ਆ ਗਏ 8 15 ਨੰਬਰ ਤੇ ਕੁਐਸਚਨ ਹੈ ਐਮ ਦਾ ਮੁੱਲ ਪਤਾ ਕਰੋ ਜਿਸ ਦੇ ਲਈ 5 ਦੀ ਪਾਵਰ ਐਮ ਡਿਵਾਈਡ 5 ਦੀ ਪਾਵਰ ਮਾਈਨਸ 3 ਇਜ਼ ਇਕਵਲ ਟੂ 5 ਦੀ ਪਾਵਰ 5 ਵੈਲਿਊ ਪਤਾ ਕਰਨੀ ਹੈ ਤੁਸੀਂ ਐਮ ਦੀ ਦੇਖੋ ਇੱਥੇ ਅਸੀਂ ਇਕੁਏਸ਼ਨ ਲਿਖਣਾ ਕੀ ਦਿੱਤੀ ਹੈ ਸਾਨੂੰ ਉਸਨੇ 5 ਦੀ ਪਾਵਰ ਐਮ ਡਿਵਾਈਡ 5 ਦੀ ਪਾਵਰ 3 ਇਜ਼ ਇਕਵਲ ਟੂ 5 ਦੀ ਪਾਵਰ 5 ਤੁਹਾਨੂੰ ਪਹਿਲਾਂ ਦੱਸਿਆ ਸੀਗਾ ਜੇ ਦੋਨਾਂ ਦੇ ਵਿੱਚ ਡਿਵਾਈਡ ਆ ਜਾਏ ਤਾਂ ਕੀ ਹੋਊਗਾ ਪਾਵਰਾਂ ਜਿਹੜੀਆਂ ਉਹ ਮਾਈਨਸ ਹੋ ਜਾਣਗੀਆਂ ਦੇਖੋ ਇੱਥੇ ਕਿੱਦਾਂ ਲਿਖਣਾ ਐਮ ਫਿਰ ਪਾਵਰ ਮਾਈਨਸ ਹੋਏਗੀ ਔਰ ਇੱਥੇ ਮਾਈਨਸ 3 ਇੱਥੇ ਤੁਸੀਂ ਕਨਫਿਊਜ਼ ਨਹੀਂ ਹੋਣਾ ਤੁਹਾਨੂੰ ਜਿਹੜੀ ਵੈਲਿਊ ਕਿੰਨੀ ਦਿੱਤੀ ਆ ਉਹ ਮਾਈਨਸ 3 ਉਹਨੂੰ ਤੁਸੀਂ ਬ੍ਰੈਕਟ ਦੇ ਵਿੱਚ ਰੱਖ ਲੈਣਾ ਇਹ ਮਾਈਨਸ ਜਿਹੜਾ ਸਾਨੂੰ ਡਿਵਾਈਡ ਦੇ ਕਰਕੇ ਲਗਾਉਣਾ ਪੈ ਰਿਹਾ ਠੀਕ ਹੈ ਇਜ਼ ਇਕਵਲ ਟੂ 5 ਦੀ ਪਾਵਰ 5 ਫਿਰ ਇੱਥੇ 5 ਮਾਈਨਸ ਮਾਈਨਸ ਪਲੱਸ ਐਮ ਪਲੱਸ 3 ਇਜ਼ ਇਕਵਲ ਟੂ 5 ਦੀ ਪਾਵਰ 5 ਹੁਣ ਜਦੋਂ ਇਜ਼ ਇਕਵਲ ਟੂ ਇਸ ਸਾਈਡ 5 ਹੈ ਇਸ ਸਾਈਡ 5 ਹੈ ਤਾਂ ਵੀ ਵੈਲਿਊ ਜਿਹੜੀਆਂ ਹੈਗੀਆਂ ਇਕੁਅਲ ਹੋ ਜਾਣਗੀਆਂ ਇੱਥੇ ਅਸੀਂ ਲਿਖ ਸਕਦੇ ਹਾਂ ਐਮ ਪਲੱਸ 3 ਇਜ਼ ਇਕਵਲ ਟੂ 5 ਐਮ ਇਜ਼ ਇਕਵਲ ਟੂ 5 ਮਾਈਨਸ 3 ਇਹ ਜਿਹੜਾ 3 ਹੈ ਦੂਜੀ ਸਾਈਡ ਜਾ ਕੇ ਕੀ ਹੋ ਜਾਏਗਾ ਮਾਈਨਸ ਹੋ ਜਾਏਗਾ ਤਾਂ ਐਮ ਦੀ ਵੈਲਿਊ ਹੋ ਗਈ ਸਾਡੇ ਕੋਲ 2 ਇਸ ਦੇ ਵਿੱਚ ਜਾਂ ਤੁਸੀਂ ਓਵਰ ਪਾਰਟ ਕਰ ਸਕਦੇ ਹੋ ਦੇਖੋ ਇਸ ਦੇ ਵਿੱਚ ਕੀ ਹੈ a ਦੀ ਪਾਵਰ 4 ਮਲਟੀਪਲਾਈ a ਦੀ ਪਾਵਰ 3 ਤਾਂ ਤੁਹਾਨੂੰ ਪਤਾ ਮਲਟੀਪਲਾਈ ਆ ਜਾਏ ਤਾਂ ਪਾਵਰ ਕੀ ਹੋ ਜਾਂਦਾ ਪਲੱਸ ਤਾਂ ਇਸ ਦਾ ਆਨਸਰ ਕੀ ਬਣ ਜਾਏਗਾ ਸਾਡੇ ਕੋਲ a ਦੀ ਪਾਵਰ 7 ਫਿਰ ਇਸ ਤਰ੍ਹਾਂ ਜੇ ਡਿਵਾਈਡ ਆ ਜਾਏ ਤਾਂ ਪਾਵਰ ਮਾਈਨਸ ਹੋਣਗੀਆਂ ਤਾਂ a ਦੀ ਪਾਵਰ ਕੀ ਆ ਜਾਏਗੀ 1 ਯਾਨੀ ਆਪਸ਼ਨ ਹੋ ਜਾਏਗਾ ਸਾਡੇ ਕੋਲ a ਵਾਲਾ ਔਰ ਪਹਿਲੇ ਦਾ ਸੀਗਾ ਸਾਡੇ ਕੋਲ ਆਪਸ਼ਨ a 7 ਔਰ ਦੂਜਾ ਨੈਕਸਟ ਆ ਗਿਆ ਸਾਡੇ ਕੋਲ ਹੁਣ ਦੇਖੋ ਪਾਵਰ ਇੱਥੇ ਇੱਕ ਬ੍ਰੈਕਟ ਦੇ ਅੰਦਰ ਹੈ 4 ਇੱਕ ਬਾਹਰ ਹੈ ਉਸ ਨੂੰ ਕੀ ਕਰਨਾ ਤੁਸੀਂ ਮਲਟੀਪਲਾਈ ਕਰ ਦੇਣਾ 4 ਮਲਟੀਪਲਾਈ 3 ਤਾਂ ਆਨਸਰ ਕੀ ਆ ਗਿਆ ਸਾਡੇ ਕੋਲ a ਦੀ ਪਾਵਰ 12 ਆਪਸ਼ਨ ਕੀ ਹੋਏਗਾ ਸਾਡੇ ਕੋਲ ਸੈਕਿੰਡ ਔਰ ਇਸ ਤਰ੍ਹਾਂ d ਦੀ ਪਾਵਰ d ਔਰ ਇਸ ਤਰ੍ਹਾਂ ਫਿਰ ਨੈਕਸਟ ਕੀ ਆ
ए की पावर 0 यानी ए की डिग्री, तो तुम्हें पता ही है कि ए की डिग्री जो आ जाए तो की बन जाता है 1। आंसर की हो जाएगा साढ़े को ऑप्शन च 3। 60 नंबर के क्वेश्चन है, हेठ दी सारणी रेखी ग्राफ बनाओ, ड्रा लीनियर ग्राफ फॉर द फॉलोइंग टेबल। ठीक है, तुम्हें लीनियर ग्राफ बनाना है। देखो मैं तुम्हें एक ग्राफ शो किया हुआ इतने, इतने तुम्हें वैल्यू पुट कर लेनी है। देखो साइड ऑफ स्केयर है जी, नीचे लिखिया की है साइड ऑफ स्केयर है, और अगे की है एरिया इन सेंटीमीटर, वो ये की है साढ़े को एरिया इन सेंटीमीटर के लिखा हुआ। ठीक है जी, तुम इतने जिस तरह देखो 4, 9, 16, 25, 36 है, इतना असं इसे करके किया 4, 4 का गैप पा लिया। ठीक है, हम असं देखना इतने 2 एंड 4, और इतने 2 ते आ जाना सी, फिर असी 4 ते जाके इतने पॉइंट कर। ठीक है जी, फिर उस तो बाद की है साढ़े को 3 ते 9, फिर 3 ते आके साढ़े को अंदाजे ना तुसी जाना है 8 ते ऊपर 1, इतना लाइन बना के थोड़ी जी हल्की जी इतने तुम्हें पता लग जाएगा भी पॉइंट। ठीक है जी, फिर उस तो बाद तुसी आ जाओ 4 ते, 4 ते की देखना है 16, इतने तुसी हल्की जी, तुसी इनू जिहड़ी हल्की जी मैं लाइन मार रहे हैं तुसी बाद चो इनू अरेज कर देना, आपणी लाइना नू अरेज कर देना। ठीक है जी, फिर उस अगे की है 5, 5 का की है 25, 25 मान लो तुहाडे कोल इतने कितने आ गया। ठीक है जी, फिर उसके बाद की है 6 का 36, 36 थोड़ा जा होर ऊपर चले गया। फिर उसके बाद की है साढ़े को 6 दी जाके कितने है 36, मान लो साढ़े को 6 ए ऊपर चले गया, वो इसनों तुसी इस करके बाद चो इसनों ये लाइन जेडे पॉइंट ने इन्हें तुसी ऐसा मिला देना। ठीक है, ये साढ़े को की बन गया है लीनियर ग्राफ बन गया। नेक्स्ट साढ़े को सेक्शन डी स्टार्ट हो गया जी। सेक्शन डी के बीच तुहाडे कोल हर एक क्वेश्चन जेड़ा 6 नंबर दा है, 17 क्वेश्चन है इहदे विच। ऑन अ पर्टिकुलर डे द सेल्स इन रुपीज ऑफ डिफरेंट आइटम ऑफ बेकरस शॉप आर गिवन बिलो। एक खास दिन किसी बेकरी दुकान विच होईयां वख-वख वस्तुआं दी बिक्री रुपयां च हेठां दित्ती गई है। इतने क्वेश्चन की पूछना उसने ड्रा है पाई चार्ट। हूँ तुम्हें पता है पाई चार्ट बनाने के लिए इस तरीके का देखो पाई चार्ट होंगे, तुम्हें पता ही है गोल राउंड के बीच। ठीक है, तो पाई चार्ट बनाने के लिए तुम्हें पता है जो कितने डिग्री का होंगे, 360 डिग्री का होंगे, और इसकी पहले अं वैल्यू कटा। देखो वैल्यू किमें कटा, इसका सेंटर एंगल कटने की कर लेंगे, इतने लिख लेंगे जो कॉलम बना लेना इतने सेंटर एंगल। ठीक है जी, इतने सेंटर एंगल लिख लियो। फिर अगे करना अभी हूँ जिसका अभी एंगल कटना है वो किमें कटा। देखो जिस तरह लिखा है 320, ये रफ करना है काम 320 अपोन के लिखा जो टोटल, जो टोटल दी थोड़ी गिनती ये लिखा 720, फिर मल्टीप्लाई इसमें किस करना है 360 के नाल। ठीक है जी, 0 ना 0 कट गई, 36 के टेबल के 72 कितने आया 2 से, फिर 2 ना इसमें डिवाइड करोगे आंसर आएगा थोड़े को 160, वो तुम इतने पुट कर। ठीक है, इस तरह तुम फिर 80 का कटोगे, 80 अपॉन 720 मल्टीप्लाई 360, फिर 0 ना 0 कट गई, 36 के टेबल से 72 2 से, फिर इसमें कटिंग किया कि आया साढ़े को 40, इतने आ गया साढ़े को 40। इस तरह तुम जो बाकी कटोगे तो की आ जाएगा साढ़े को, इतने 80 आ जाएगा, इतने 60 आ जाएगा, एंड नेक्स्ट साढ़े को इतने 20 आ जाएगा। फिर नेक्स्ट अभी पाई चार्ट बनाने की करा, देखो इतने एक राउंड की शेप के इस तरह पाई चार्ट बना लेंगे, उस सेंटर के इस तरह रख के तुम अंदाजे जिस तरह तुम्हें पता है कि 160 का एक बहुत व्डा जोड़ा एंगल दिखाना है, तुम इस तरीके दिखा सकते हो। ठीक है जी, उपर वाला तुहाडे कोल सारा 160 का बन जाएगा। ठीक है, फिर उस तो बाद 40 दिखाना है, ये बन गया देखो साढ़े को 40 का, फिर 80 दिखाना है और थोड़ा जहा बड़ा 80। ठीक है जी, फिर एक 20 दिखाना है और इतने तुम 20 दिखा सकते हो, ये साढ़े को वजह साढ़े को 60 का, ये साढ़े को देखो पाई चार्ट जो बन के तैयार। नेक्स्ट 17 का ही साढ़े को पार्ट है, किसी फैक्ट्री के 30 मजदूर की हफ्ते की आमदन रुपए में हेठा लिखी है, द वीकली वेजिज इन रुपीज ऑफ 30 वर्कर्स इन द फैक्ट्री आर, ये उन्होंने जी सैलरी लिखी हुई है नीचे। ठीक है जी, तो इसमें तुम देखो इस तरह का अगर क्वेश्चन की है, यूजिंग टैली मार्क्स मेक अ फ्रीक्वेंसी टेबल विद इंटरवल 800 to 810, 810 to 820 एंड सो ऑन। देखो इस तरह ये मैं देखो ये थोड़े को चार्ट बना के सामने तुम दिखाया हुआ 810, इस तरह तुम एक इंटरवल तैयार कर लेना है। ठीक है, फिर फ्रीक्वेंसी लिख लेनी है जिस तरह 800 to 810। ठीक है, तुम की करना इतने गिनती कर लेनी है भी 800 to 810 के किन्ने किन्ने आए। ठीक है, तुम इतने मान लो एक तुम एग्जाम्पल देकर देना, तुम की करना इतने देखो देखोगे तुम 800 और 800, यानी 810 जो इतने पूरा नहीं देखना, 810 तो एक घट देखना है, वह भी देखना है 809। ठीक है जी, जो 810 है ये नैक्सट के देखो, हम देखो 800 to 809 आप देखना है तो आप लभ लो इतने किन्ने, देखो एक है 804, एक 808, 2 एंड होर देखो इतने कितने है 806, 3। ठीक है जी, ये साढ़े को 3 फाइंड आउट हो गए। देखो जिस तरह 810 लिखा ये नहीं तुम गिनना, ठीक है, ये नैक्सट में गिनो, तो साढ़े को आ गया देखो 3 और इतने टैली बना देनी है 3। ठीक है, इस तरीके सारा टेबल बना के उसकी टैली वाला टेबल जो बना देना। 18 क्वेश्चन है साढ़े को, द डायगनल ऑफ ए क्वारडीनेटर शेप्ड फील्ड इज 24 मीटर एंड द परपेंडिकुलर इज ड्रॉप्ड ऑन इट,
ਕਹਿੰਦੇ ਇੱਕ ਕੁਆਰਡੀਨੇਟਰ ਸ਼ੇਪ ਦਾ ਖੇਤ ਹੈ ਤੁਹਾਡੇ ਕੋਲ 24 ਮੀਟਰ ਐਂਡ ਦਾ ਪਰਪੈਂਡੀਕੂਲਰ ਡ੍ਰੌਪ ਡਾਊਨ ਇੱਟ ਇਹ ਤੁਹਾਡੇ ਕੋਲ ਪਰਪੈਂਡੀਕੂਲਰ ਬਣਾਏ ਹੋਏ ਨੇ ਠੀਕ ਹੈ ਜੀ ਫਰੋਮ ਦਾ ਰਿਮੇਨਿੰਗ ਓਪੋਜਿਟ ਵਰਟਿਕਸ ਆਰ 8 ਮੀਟਰ ਐਂਡ 30 ਮੀਟਰ ਫਾਇੰਡ ਦਾ ਏਰੀਆ ਆਫ ਦਾ ਫੀਲਡ। ਇਸ ਕੁਐਸਚਨ ਨੂੰ ਸੋਲਵ ਅਸੀਂ ਕਰਾਂਗੇ, ਦੇਖੋ ਪਹਿਲਾਂ ਅਸੀਂ ਲਿਖਾਂਗੇ H1 ਇਜ ਇਕਲ ਟੂ 13, H2 ਇਜ ਇਕਲ ਟੂ 8 ਮੀਟਰ ਐਂਡ ਡਾਇਗਨਲ ਕਿੰਨਾ ਸਾਡੇ ਕੋਲ 24 ਮੀਟਰ। ਠੀਕ ਹੈ, ਇੱਥੇ ਲਗਾਵਾਂਗੇ ਅਸੀਂ ਏਰੀਆ ਇਜ ਇਕਲ ਟੂ 1/2 ਮਲਟੀਪਲਾਈ ਡੀ ਮਲਟੀਪਲਾਈ H1 ਪਲੱਸ H2। ਇੱਥੇ ਵੈਲਿਊ ਭਰ ਦਾਂਗੇ 1/2 ਮਲਟੀਪਲਾਈ ਡੀ ਦੀ ਵੈਲਿਊ 24, ਫਿਰ ਮਲਟੀਪਲਾਈ ਬ੍ਰੈਕਟ ਦੇ ਵਿੱਚ 13 ਪਲੱਸ 8। ਠੀਕ ਹੈ ਜੀ, ਇਹ 2 ਨਾਲ 24 ਦੀ ਕਟਿੰਗ ਹੋ ਜਾਏਗੀ 12, 12 ਮਲਟੀਪਲਾਈ ਇਸ ਨੂੰ ਪਲੱਸ ਕਰਕੇ ਕਿੰਨਾ ਆਂਸਰ ਆਇਆ ਸਾਡੇ ਕੋਲ 21। ਦੋਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਆਂਸਰ ਆਏਗਾ ਸਾਡੇ ਕੋਲ 252 ਮੀਟਰ ਸਕੇਅਰ। ਨੈਕਸਟ ਕੁਐਸਚਨ ਹੈ ਸਾਡੇ ਕੋਲ, ਅ ਰੋਡ ਰੋਲਰ ਟੇਕਸ 750 ਕੰਪਲੀਟ ਰੈਵੂਲੇਸ਼ਨ ਟੂ ਮੂਵ ਵੰਸ ਓਵਰ ਦਾ ਲੈਵਲ ਰੋਡ। ਦੇਖੋ ਜਿਸ ਤਰ੍ਹਾਂ ਇਹ ਰੋਡ ਰੋਲਰ ਤੁਹਾਨੂੰ ਦਿਖਾਇਆ ਹੋਇਆ ਇਸ ਪਿਕਚਰ ਦੇ ਵਿੱਚ, ਉਹ ਕਹਿੰਦਾ ਜਿਹੜਾ ਮਤਲਬ ਕਿ ਚੱਕਰ ਲਗਾਉਂਦਾ ਜਿਹੜਾ ਇਹਦਾ ਇੱਕ ਰੋਲਰ ਆ ਜਿਹੜਾ ਅਵਲਾ, ਇਹ 750 ਕੰਪਲੀਟ ਰੈਵੂਲੇਸ਼ਨ ਕਰਦਾ ਓਵਰ ਦਾ ਲੈਵਲ ਰੋਡ। ਰੋਡ ਨੂੰ ਲੈਵਲ ਕਰਨ ਦੇ ਲਈ 750 ਜਿਹੜੇ ਚੱਕਰ ਲਗਾ ਦਿੰਦਾ। ਫਾਇੰਡ ਦਾ ਏਰੀਆ ਆਫ ਦਾ ਰੋਡ ਇਫ ਦਾ ਡਾਇਆਮੀਟਰ ਆਫ ਏ ਰੋਡ ਰੋਲਰ ਇਜ 84 ਸੈਂਟੀਮੀਟਰ ਐਂਡ ਲੈਂਥ ਇਜ 1। ਕਹਿੰਦਾ ਤੁਸੀਂ ਇਸਦਾ ਏਰੀਆ ਫਾਇੰਡ ਕਰਨਾ ਰੋਡ ਦਾ, ਵੀ ਜੇ ਜਿਹੜਾ ਇਹਦਾ ਰੋਲਰ ਹੈ ਇਸਦਾ ਜਿਹੜਾ ਡਾਇਆਮੀਟਰ ਆ ਉਹ ਕਿੰਨਾ ਹੈ ਤੁਹਾਡੇ ਕੋਲ 80 ਸੈਂਟੀਮੀਟਰ ਐਂਡ ਲੈਂਥ ਕਿੰਨੀ ਦਿੱਤੀ ਤੁਹਾਡੇ ਕੋਲ 1 ਮੀਟਰ। ਠੀਕ ਹੈ, ਤੁਸੀਂ ਪਹਿਲਾਂ ਇੱਥੇ ਲਿਖੋਗੇ ਦੇਖੋ ਡੀ ਇਜ ਇਕਲ ਟੂ ਕਿੰਨਾ 84, ਫਿਰ ਹਮੇਸ਼ਾ ਇਸਦਾ ਪਹਿਲਾਂ ਅਸੀਂ ਆਰ ਕੱਢਣਾ ਯਾਨੀ ਰੇਡੀਅਸ ਕੱਢਣਾ, ਉਹ ਲਿਖਾਂਗੇ ਅਸੀਂ 84.2 ਯਾਨੀ ਉਸਦਾ ਹਾਫ ਕਰ ਦੇਣਾ ਜਾਂ 2 ਨਾਲ ਡਿਵਾਈਡ ਕਰ ਦੇਣਾ ਤਾਂ ਆਂਸਰ ਆ ਜਾਏਗਾ ਸਾਡੇ ਕੋਲ ਇੱਥੇ 42 ਸੈਂਟੀਮੀਟਰ। ਠੀਕ ਹੈ ਜੀ, ਫਿਰ ਅੱਗੇ ਕੀ ਆ ਸਾਡੇ ਕੋਲ ਐਚ ਜਿਹੜੀ ਆ ਉਹ ਕਿੰਨੀ ਆ 1 ਮੀਟਰ, ਇਸ ਨੂੰ ਅਸੀਂ ਇਸ ਨੂੰ ਵੀ ਸੈਂਟੀਮੀਟਰ 'ਚ ਕਨਵਰਟ ਕਰ ਲੈਣਾ ਕਿਉਂਕਿ ਸਾਡੇ ਕੋਲ ਜਿਹੜੀ ਉੱਪਰ ਵੈਲਿਊ ਆ ਰੇਡੀਅਸ ਦੀ ਉਹ ਸੈਂਟੀਮੀਟਰ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ 1 ਮੀਟਰ ਦੇ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਆ, 100 ਸੈਂਟੀਮੀਟਰ। ਤਾਂ ਇੱਥੇ ਲਗਾਵਾਂਗੇ ਅਸੀਂ 100 ਸੈਂਟੀਮੀਟਰ। ਫਿਰ ਅੱਗੇ ਅਸੀਂ ਫਾਰਮੂਲਾ ਲਗਾਵਾਂਗੇ ਏਰੀਆ ਆਫ ਰੋਡ ਇਜ ਇਕਲ ਟੂ, ਏਰੀਆ ਆਫ ਰੋਡ ਦਾ ਮਤਲਬ ਕੀ ਹੋਇਆ ਇੱਥੇ ਸਾਡੇ ਕੋਲ ਕਿਸ ਸ਼ੇਪ, ਚਾਹੇ ਸਿਲੰਡਰ ਦੀ ਸ਼ੇਪ ਵਾਲਾ ਫਾਰਮੂਲਾ ਲਗਾਉਣਾ ਤੁਸੀਂ। ਠੀਕ ਹੈ, ਇੱਥੇ ਲਗਾਵਾਂਗੇ 2πRH ਜਿੰਨਾ ਵੀ ਆਊਗਾ, ਤੇ 750 ਜਿਹੜਾ ਮਤਲਬ ਕਿ 750 ਜਿਹੜਾ ਕੰਪਲੀਟ ਰੈਗੂਲੇਸ਼ਨ ਨੇ ਉਸ ਨਾਲ ਮਲਟੀਪਲਾਈ ਕਰ ਦੇਣਾ। ਠੀਕ ਹੈ ਜੀ, ਇੱਥੇ ਤੁਹਾਡੇ ਕੋਲ ਕੀ ਆਇਆ 2 πਪਾਈ ਦੀ ਵੈਲਿਊ ਹਮੇਸ਼ਾ ਕੀ ਬਣਾਉਣੀ ਹੈ ਤੁਸੀਂ 22.7, ਆਰ ਸਾਡੇ ਕੋਲ ਆ ਗਿਆ ਦੇਖੋ 42 ਮਲਟੀਪਲਾਈ ਐਚ ਕਿੰਨਾ ਸਾਡੇ ਕੋਲ 100 ਮਲਟੀਪਲਾਈ ਫਿਰ ਅੱਗੇ ਲਿਖ ਲਓ 750। ਠੀਕ ਹੈ ਜੀ, ਹੁਣ 7 ਨੂੰ 42 ਨਾਲ ਕਟਿੰਗ ਕਰਤੀ, ਆਂਸਰ ਆ ਗਿਆ ਸਾਡੇ ਕੋਲ 6। ਉਹ ਤੁਸੀਂ ਇਸ ਨੂੰ ਸਾਰਿਆਂ ਨੂੰ ਜਦੋਂ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਆਂਸਰ ਆਏਗਾ 1981234 5 ਐਂਡ 50। ਠੀਕ ਹੈ ਜੀ, ਸੈਂਟੀਮੀਟਰ ਸਕੇਅਰ। ਹੁਣ ਇਸ ਨੂੰ ਤੁਸੀਂ ਕੀ ਕਰਨਾ, ਲਾਸਟ ਦੇ ਵਿੱਚ ਮੀਟਰ ਸਕੇਅਰ ਦੇ ਵਿੱਚ ਕਨਵਰਟ ਕਰ ਦੇਣਾ। ਮੀਟਰ ਸਕੇਅਰ ਦੇ ਵਿੱਚ ਅਸੀਂ ਕਿਵੇਂ ਕਨਵਰਟ ਕਰਾਂਗੇ, 1981234 5 0 ਪਾ ਕੇ ਨੀਚੇ ਅਸੀਂ ਕਰਾਂਗੇ 1/10,000 ਦੇ ਨਾਲ ਡਿਵਾਈਡ। ਠੀਕ ਹੈ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਦੇਖੋ 1 ਮੀਟਰ ਇਜ ਇਕਲ ਟੂ ਕਿੰਨੇ ਸੈਂਟੀਮੀਟਰ ਹੁੰਦੇ ਆ, 1 ਸੈਂਟੀਮੀਟਰ। ਤਾਂ 1 ਸੈਂਟੀਮੀਟਰ ਦੇ ਵਿੱਚ ਕਿੰਨੇ ਮੀਟਰ ਹੋਏ, 1/100 ਮੀਟਰ। ਠੀਕ ਹੈ, ਤਾਂ 1 ਸੈਂਟੀਮੀਟਰ ਸਕੇਅਰ ਦੇ ਵਿੱਚ ਕਿੰਨੇ ਮੀਟਰ ਹੋਏ, ਫਿਰ 1/1000 ਮੀਟਰ। ਤਾਂ 1/10,000 ਮੀਟਰ। ਠੀਕ ਹੈ ਜੀ, ਫਿਰ ਇਸਨੂੰ ਅਸੀਂ ਡਿਵਾਈਡ ਕਰ ਦਾਂਗੇ, ਦੇਖੋ ਇਹ ਜਿਹੜੀ ਜ਼ੀਰੋਸ ਨੇ ਕਟਿੰਗ ਕਰ ਦਾਂਗੇ, 0 ਨਾਲ 0 ਕੱਟ ਗਈ, ਫਿਰ ਇਹ ਕੱਟ ਗਈ, ਇਹ ਵੀ ਕੱਟ ਗਈ, ਇਹ ਵੀ ਗਈ, ਤਾਂ ਸਾਡੇ ਕੋਲ 1980 ਮੀਟਰ ਸਕੇਅਰ।